देशवा पर मोहे हैं, शुभ कर्मन्ते कभो न डरूं, न डरूं और सोच अब चाय लड़ूं, निश्चय कर अपनी जीत करूं। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਵੇਖ ਰਹੇ ਹੋ ਸੰਗਤ ਟੈਲੀਵਿਜ਼ਨ ਦਾ ਵਿਸ਼ੇਸ਼ ਪ੍ਰੋਗਰਾਮ ਖਾਲਸਾ ਰਾਜ ਕਿਵੇਂ ਬਣਿਆ। ਹੁਣ ਤੱਕ ਤੁਸੀਂ ਇਸ ਪ੍ਰੋਗਰਾਮ ਦੇ 106 ਭਾਗ ਵੇਖ ਚੁੱਕੇ ਅਤੇ 107ਵਾਂ ਭਾਗ ਲੈ ਕੇ ਅਸੀਂ ਆਪ ਜੀ ਦੇ ਸਨਮੁੱਖ ਹੋਏ ਹਾਂ। ਹਮੇਸ਼ਾ ਦੀ ਤਰ੍ਹਾਂ ਸਤਿਕਾਰ ਜਗਵੀਰ ਜੀ, ਰਣਜੀਤ ਸਿੰਘ ਰਾਣਾ ਜਿਹੜੇ ਸਵਾਲਾਂ ਦੇ ਜਵਾਬ ਗੁਰ ਇਤਿਹਾਸ ਅਤੇ ਗੁਰਬਾਣੀ ਦੇ ਆਧਾਰ 'ਤੇ ਦਿੰਦੇ ਹਨ, ਉਹਨਾਂ ਨੂੰ ਅਸੀਂ ਸਟੂਡੀਓ ਵਿੱਚ ਜੀ ਆਇਆਂ ਆਖਦੇ ਹਾਂ, ਸਵਾਗਤ ਕਰਦੇ ਹਾਂ ਅਤੇ ਗੁਰੂ ਫਤਿਹ ਸਾਂਝੀ ਕਰਦੇ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਬਹੁਤ ਬਹੁਤ ਧੰਨਵਾਦ। ਜਿਹੜਾ ਕਿ ਪ੍ਰੋਗਰਾਮ ਲੜੀਵਾਰ ਜਿਹੜਾ ਚੱਲ ਰਿਹਾ, ਅਤੇ ਜਿਹੜੇ ਵੀ ਭੈਣ ਭਰਾ ਇਸ ਲੜੀ ਨਾਲ ਜੁੜੇ ਹੋਏ, ਉਹ ਚਾਹੁੰਦੇ ਕਿ ਵੱਧ ਤੋਂ ਵੱਧ ਜਿਹੜਾ ਉਹਨਾਂ ਨੂੰ ਇਸ ਪ੍ਰੋਗਰਾਮ ਦੇ ਜ਼ਰੀਏ ਸਿੱਖ ਸਕਣ, ਗੁਰ ਇਤਿਹਾਸ ਨੂੰ, ਗੁਰ ਸਿਧਾਂਤ ਨੂੰ ਅਤੇ ਗੁਰ ਫਲਸਫੇ ਨੂੰ। ਹਾਂਜੀ ਭਾਈ ਗੁਰਦਾਸ ਜੀ, ਅਸੀਂ ਗੱਲ ਕਰਦੇ ਕਰਦੇ ਕੋਈ ਇਸ ਤਰ੍ਹਾਂ ਦੀ ਗੱਲ ਪਿਛਲੇ ਐਪੀਸੋਡ ਵਿੱਚ ਕੁਛ ਰਹਿ ਗਈ ਹੋਵੇ ਜਿਹੜੀ ਤੁਸੀਂ ਸੰਗਤਾਂ ਨਾਲ ਸਾਂਝੀ ਕਰਨੀ ਚਾਹੁੰਦੇ ਹੋ, ਤੁਸੀਂ ਜ਼ਰੂਰ ਕਰ ਸਕਦੇ ਹਾਂ। ਬਿਲਕੁਲ ਭੈਣ ਜੀ, ਆਪਾਂ ਬੇਸ਼ੱਕ ਭਾਈ ਗੁਰਦਾਸ ਜੀ ਅਤੇ ਦੋ ਐਪੀਸੋਡ ਕਰ ਲਿਆ ਜੀ, ਸੋਚਿਆ ਤੇ ਵੈਸੇ ਇੱਕ ਸੀ ਪਰ ਦੋ ਹੋ ਗਿਆ। ਹਾਂਜੀ, ਪਰ ਆਪਣੇ ਕੋਲ ਗੱਲ ਕਰਦਿਆਂ ਕਰਦਿਆਂ ਇੱਕ ਗੱਲ ਰਹਿ ਗਈ ਜੀ ਕਿ ਭਾਈ ਗੁਰਦਾਸ ਜੀ ਦਾ ਅੰਤਮ ਸਮਾਂ ਕਿੱਥੇ ਹੋਇਆ? ਹਾਂਜੀ, ਸ਼ਾਇਦ ਇਹੀ ਗੱਲ ਰਹਿ ਗਈ ਜੀ। ਹਾਂਜੀ, ਗੋਇੰਦਵਾਲ ਸਾਹਿਬ ਭਾਈ ਗੁਰਦਾਸ ਜੀ ਚਲੇ ਗਏ ਸੀ, ਵੈਸੇ ਜ਼ਿਕਰ ਆਪਾਂ ਕਰ ਦਿੰਦੇ ਸ਼ਾਇਦ ਮਾਤਾ ਕੀਤਾ ਸੀ। ਹਾਂਜੀ ਹਾਂਜੀ, ਕਿ ਬਜ਼ੁਰਗੀ ਹੁੰਦੇ ਨਾਲ ਤੇ ਗੋਇੰਦਵਾਲ ਚਲੇ ਗਿਆ ਸੀ ਜੀ। ਅੰਤਮ ਸਮਾਂ ਆਇਆ ਤੇ ਉਹਨਾਂ ਨੇ ਅੰਦਰ ਦੀ ਦਿਲ ਦੀ ਫੂਕ ਜਿਹੜੀ ਸੀ ਜੀ, ਉਹ ਗੁਰੂ ਸਾਹਿਬ ਦੇ ਚਰਨਾਂ 'ਚ ਪਹੁੰਚੀ ਵੀ ਮੇਰਾ ਅੰਤਮ ਸਮਾਂ ਆ ਗਿਆ ਜੀ। ਸੁਨੇਹਾ ਪਹੁੰਚਿਆ ਕਹਿ ਲਓ, ਗੁਰੂ ਹਰਗੋਬਿੰਦ ਸਾਹਿਬ ਜੀ ਅੰਮ੍ਰਿਤਸਰ ਤੋਂ ਉਚੇਚੇ ਤੌਰ 'ਤੇ ਗੋਇੰਦਵਾਲ ਉਹਨਾਂ ਕੋਲ ਰਹੇ, ਅਤੇ ਭਾਈ ਗੁਰਦਾਸ ਜੀ ਦਾ ਅੰਤਮ ਸਮਾਂ ਗੁਰੂ ਹਰਗੋਬਿੰਦ ਸਾਹਿਬ ਦੇ ਹੱਥਾਂ 'ਚ ਆਇਆ। ਠੀਕ ਹੈ, ਇਹ ਗੁਰੂ ਸਾਹਿਬ ਨੇ ਮੰਨ ਦਿੱਤਾ। ਗੁਰੂ ਸਾਹਿਬ ਨੇ ਦੇਖੋ, ਗੁਰੂ ਹਰਗੋਬਿੰਦ ਸਾਹਿਬ ਐਡੀ ਵੱਡੀ ਹਸਤੀ, ਸੱਤੇ ਬਲਵੰਤ ਜੀ ਨੇ ਕਿਹਾ ਕਿ ਸਤਿਗੁਰੂ ਜੀ ਕਿਰਪਾ ਕਰਿਓ, ਅਸੀਂ ਇਕੱਠੇ ਸਰੀਰ ਤਿਆਗੀਏ। ਹਾਂਜੀ, ਤੇ ਗੁਰਦੁਆਰਾ ਡੇਰਾ ਸਾਹਿਬ ਨੇ ਕੀਰਤਨ ਕਰਨ ਤੋਂ ਬਾਅਦ ਇਕੱਠੇ ਸਰੀਰ ਤਿਆਗਿਆ। ਇੱਕ ਹੋ ਗਿਆ ਸੀ ਕੀਰਤਨ ਕਰਨ ਤੋਂ ਬਾਅਦ, ਕੀਰਤਨ ਕਰਦਿਆਂ ਕਰਦਿਆਂ ਹੋਏਗਾ, ਸੋ ਕੀਰਤਨ ਕਰਦਿਆਂ ਗੁਰਦੁਆਰੇ ਦੇ ਅੰਦਰ ਗੁਰਦੁਆਰਾ ਡੇਰਾ ਸਾਹਿਬ ਸੱਤੇ ਬਲਵੰਡ ਨੇ ਇਕੱਠਾ ਸਰੀਰ ਤਿਆਗਿਆ ਜੀ। ਬਾਬਾ ਬੁੱਢਾ ਜੀ ਦੀ ਹੁਕ ਸੁਣੀ, ਅੰਤਮ ਸਮੇਂ ਉਹਨਾਂ ਦੇ ਕੋਲ ਪਹੁੰਚ ਗਿਆ, ਗੱਲਾਂ ਬਾਤਾਂ ਕੀਤੀਆਂ ਜੀ। ਬਾਬਾ ਸ਼੍ਰੀ ਚੰਦ ਦੀ ਹੁਕ ਸੁਣੀ, ਅੰਤਮ ਸਮੇਂ ਉਹਨਾਂ ਕੋਲ ਪਹੁੰਚ ਗਿਆ ਉਹਨਾਂ ਦੇ ਹੱਥ ਜੀ। ਸਾਈ ਬੁੱਢਣ ਸ਼ਾਹ ਦੀ ਹੁਕ ਸੁਣੀ, ਕੀਰਤਪੁਰ ਉੱਥੇ ਪਹੁੰਚ ਗਿਆ ਪਹੁੰਚੇ। ਹਾਂਜੀ, ਔਰ ਭਾਈ ਬਿਧੀ ਚੰਦ ਜੀ, ਬਾਬਾ ਬਿਧੀ ਚੰਦ ਜੀ ਕਹਿ ਲਈਏ, ਉਹਨਾਂ ਨੇ ਕਿਹਾ ਸੀ ਕਿ ਸਾਈਂ ਦਾਸ ਜੀ ਜਿਹੜੇ ਦਿਓਬੰਦ ਵਾਲੇ ਅਯੁੱਧਿਆ ਨੇੜੇ, ਉਹਨਾਂ ਨੇ ਵਚਨ ਕੀਤਾ ਸੀ ਤੁਹਾਡੇ ਨਾਲ ਅਸੀਂ ਇਕੱਠੇ ਸਰੀਰ ਤਿਆਗਾਂਗੇ, ਅਤੇ ਉਹਨਾਂ ਦੀ ਸਮਾਜਤ ਨੂੰ ਕਿਹਾ ਵੀ ਸਤਿਗੁਰੂ ਜੀ ਮੈਂ ਤੁਹਾਡੀ ਬਖਸ਼ੇ ਨਾਲ ਉਹਨਾਂ ਨਾਲ ਵਾਅਦਾ ਕਰ ਆਇਆ ਇਕੱਠੇ ਸਰੀਰ ਤਿਆਗਾਂਗੇ। ਸਤਿਗੁਰੂ ਨੇ ਕਿਹਾ ਵੀ ਤੁਸੀਂ ਜਾਓ ਫਿਰ ਇਕੱਠੇ ਜਾ ਕੇ ਤਿਆਗੋ। ਇਹ ਗੁਰੂ ਹਰਗੋਬਿੰਦ ਸਾਹਿਬ ਦੀ ਬਖਸ਼ਿਸ਼ ਆ। ਅਤੇ ਜਦੋਂ ਭਾਈ ਗੁਰਦਾਸ ਜੀ ਦਾ ਸਮਾਂ ਆਇਆ, ਹਾਂਜੀ, ਇਹਦੇ ਵਿੱਚ ਇੱਕ ਕਿੰਨੀ ਸੋਹਣੀ ਜੀ ਗੱਲ ਹੈ ਕਿ ਗੁਰਸਿੱਖ ਦਾ ਤੇ ਇੱਕ ਗੁਰੂ ਦਾ ਕਿੰਨਾ ਪਿਆਰ ਹੈ, ਗੁਰਸਿੱਖ ਦਾ ਨਾਤਾ ਵੀ, ਨਾਲ ਇਹ ਵੀ ਗੱਲ ਕਿ ਮੌਤ ਵੀ ਜਿਹੜੀ ਗੁਰਸਿੱਖ ਦੀ ਆਪਣੀ ਮੁੱਠੀ 'ਚ ਆ। ਹਾਂਜੀ ਹਾਂਜੀ, ਮੌਤ ਵੀ ਸਿੱਖ ਦੀ ਆਪਣੀ ਮੁੱਠੀ ਦੇ ਵਿੱਚ ਆ ਜੀ, ਜਿੱਥੇ ਬਾਰੇ ਕੋਈ ਨਹੀਂ ਕਿਹਾ ਜਾਣਾ ਕਿ ਮਰੇਂਗੇ ਕੈਸਾ ਮਰਨਾ ਹੋਏ, ਦੁਨੀਆਂ ਨੂੰ ਨਹੀਂ ਪਤਾ। ਪਰ ਨਾਲ ਸਤਿਗੁਰੂ ਦੂਜੀ ਪੰਕਤੀ ਜਵਾਬ ਦਿੰਦੇ ਨੇ, ਜੇ ਸਾਹਿਬ ਮਨੋ ਨਾ ਵਿਸਰੇ ਤਾਂ ਸਹਿਲਾ ਮਰਨਾ, ਜੇ ਕਦੇ ਪਰਮਾਤਮਾ ਮਨੋ ਨਹੀਂ ਵਿਸਰਦਾ ਨਾ ਤੁਹਾਡੀ ਮੌਤ ਵੀ ਸੌਖੀ ਜੀ। ਉਹ ਪਰਮਾਤਮਾ ਯਾਦ ਰਹੇ, ਮੌਤ ਵੀ ਹਰ ਮਨੁੱਖ ਨੂੰ ਇਹ ਖਦਸ਼ਾ ਹੁੰਦਾ ਜਿਹੜਾ ਜਿਗਿਆਸੂ ਮਨੁੱਖ ਜੀ, ਜੀ ਕਿ ਕਿਆ ਜਾਣਾ ਕਿ ਮਰੇਂਗੇ ਕੈਸਾ ਮਰਨਾ, ਪਤਾ ਨਹੀਂ ਕਿਹੋ ਜਿਹੀ ਮੌਤ ਆਉਣੀ ਹੈ, ਇੱਥੇ ਜ਼ੋਰ ਨਹੀਂ ਬੰਦੇ ਦਾ ਜੀ, ਪਤਾ ਨਹੀਂ ਕਿਹੋ ਜਿਹਾ ਸਮੇਂ ਪਤਾ ਚੱਲਦੇ ਚੱਲਦੇ ਸਾਰ ਰੁਕ ਜਾਣਾ, ਕਿੱਥੇ ਰੁਕ ਜਾਣਾ, ਪਤਾ ਨਹੀਂ ਕਦੋਂ ਕੀ ਹੋ ਜਾਣਾ, ਕਿਆ ਜਾਣਾ ਕਿ ਮਰੇਂਗੇ ਕੈਸਾ ਮਰਨਾ ਹੋਏ, ਆਮ ਬੁੱਧ ਦੀ ਗੱਲ ਹੈ। ਪਰ ਸਤਿਗੁਰੂ ਕਹਿੰਦੇ ਨੇ ਜੇ ਤੂੰ ਪਰਮਾਤਮਾ ਨੂੰ ਯਾਦ ਰੱਖਿਆ, ਗੁਰੂ ਨੂੰ ਯਾਦ ਰੱਖਿਆ, ਗੁਰੂ ਦੀਆਂ ਬਖਸ਼ਿਸ਼ਾਂ ਵਾਲਾ ਹੈ, ਜੇ ਸਹਿਬ ਮਨੋ ਨਾ ਵਿਸਰੇ ਤੇਰਾ ਮੌਤ ਵੀ ਜਿਹੜੀ ਸਵਾਲੀ ਹੋ ਜਾਏਗੀ, ਮੌਤ ਵੀ ਸਖਾਲੀ ਹੋ ਜਾਏਗੀ, ਮੌਤ ਵੀ ਤੇਰੀ ਸੁਹੇਲੀ ਬਣ ਜਾਏਗੀ। ਇਹ ਜਿਹੜੀ ਗੱਲ ਸੀ ਤੇ ਭਾਈ ਗੁਰਦਾਸ ਨੇ ਯਾਦ ਕੀਤਾ, ਗੁਰੂ ਹਰਗੋਬਿੰਦ ਸਾਹਿਬ ਜੀ ਉੱਥੇ ਪਹੁੰਚੇ। ਗੁਰੂ ਹਰਗੋਬਿੰਦ ਸਾਹਿਬ ਜੀਵਨ 'ਚ ਗੱਲਾਂ ਕਰਦੇ, ਅੰਤਮ ਸਮੇਂ ਦੇ ਕੋਲ ਜਿਹਦੀ ਜਿਹਦੀ ਮਨ ਦੀ ਮਨਸ਼ਾ, ਸਤਿਗੁਰੂ ਉੱਥੇ ਪਹੁੰਚਦੇ ਨੇ, ਸਾਈਂਦਾਸ ਨੇ ਯਾਦ ਕੀਤਾ ਉੱਥੇ ਪਹੁੰਚੇ ਸੀ ਜੀ। ਪਰ ਇਹ ਜਿਹੜੀ ਗੁਰੂ ਹਰਗੋਬਿੰਦ ਸਾਹਿਬ ਦੀ ਬਖਸ਼ਿਸ਼ ਹੈ ਨਾ, ਇਹ ਦਿਸਦੀ ਸੋਚ ਤੁਹਾਡਾ ਸਵਾਲ ਸੀ ਜੇ ਗੁਰੂ ਹਰਗੋਬਿੰਦ ਸਾਹਿਬ ਇੱਕ ਹੋਰ ਬਖਸ਼ਿਸ਼ ਜਿਹੜੀ ਆ ਉਹ ਨਸ਼ਲ ਹੋਈ। ਸੋ ਭਾਈ ਗੁਰਦਾਸ ਜੀ ਗੋਇੰਦਵਾਲ ਵਿਖੇ ਗੁਰੂ ਹਰਗੋਬਿੰਦ ਸਾਹਿਬ ਦੇ ਹੱਥਾਂ ਦੇ ਵਿੱਚ, ਗੁਰੂ ਹਰਗੋਬਿੰਦ ਸਾਹਿਬ ਨੇ ਆਪਣੀ ਅੰਤਮ ਅਰਦਾਸ ਆਪ ਕੀਤੀ, ਆਪ ਉਹਨਾਂ ਦਾ ਆਪਣੇ ਹੱਥੀਂ ਸੰਸਕਾਰ ਕੀਤਾ, ਆਪ ਸਾਰਾ ਕੁਛ ਨਿਭਾ ਕੇ ਗੋਇੰਦਵਾਲ, ਫਿਰ ਗੋਇੰਦਵਾਲ ਤੋਂ ਸਤਿਗੁਰੂ ਕਰਤਾਰਪੁਰ ਆਏ ਸੀ, ਅੰਮ੍ਰਿਤਸਰ ਤੋਂ ਗੋਇੰਦਵਾਲ,
ਗੋਇੰਦਵਾਲ ਤੋਂ ਫਿਰ ਬਾਸਾ ਪਾਰ ਕੀਤਾ ਤੇ ਜਲੰਧਰ ਵਾਲੇ ਕਰਤਾਰਪੁਰ ਸਤਿਗੁਰੂ ਜੀ ਆ ਗਏ। ਸੋ ਭਾਈ ਗੁਰਦਾਸ ਜੀ ਦਾ ਅੰਤਮ ਸਮਾਂ ਗੋਇੰਦਵਾਲ ਹੋਇਆ ਜੀ ਜੀ, ਗੱਲ ਕਲੀਅਰ ਮੈਂ ਕਿਹਾ ਕਿਤੇ ਕਰ ਦਿੱਤਾ। ਔਰ ਗੁਰੂ ਹਰਗੋਬਿੰਦ ਸਾਹਿਬ ਨੇ ਉਹਨਾਂ ਦੀ ਆਪ ਅੰਤਮ ਸਮਾਂ ਆਪਣੇ ਹੱਥਾਂ 'ਚ ਨਿਭਾਇਆ, ਅੰਤਮ ਅਰਦਾਸ ਵੀ ਆਪ ਕੀਤੀ ਤੇ ਉਹਨਾਂ ਦਾ ਕਰਕੇ ਸਾਰਾ ਕਿਰਿਆ ਕਰਮ ਫਿਰ ਕਰਤਾਰਪੁਰ ਗੁਰੂ ਹਰਗੋਬਿੰਦ ਸਾਹਿਬ ਜੀ ਆਏ। ਹਾਂਜੀ, ਅਤੇ ਮੈਨੂੰ ਭਾਈ ਵੀਰ ਜੀ ਤੁਸੀਂ ਪਿਛਲੇ ਐਪੀਸੋਡ ਜਿੱਦਾਂ ਭਾਈ ਗੁਰਦਾਸ ਜੀ ਨੇ 700 ਜਿਹੜੇ ਜਿੱਦਾਂ ਕਹਿ ਲਈਏ ਕਿ ਜਿਹੜੇ ਵਿਦਵਾਨ ਪੰਡਿਤ ਸੀ ਉਹਨਾਂ ਨੂੰ ਗੁਰਸਿੱਖੀ ਸਿਧਾਂਤ ਦਿੱਤਾ ਅਤੇ ਉਹ ਫਿਰ ਗੁਰੂ ਦੇ ਕੋਲ ਲੈ ਕੇ ਆਏ। ਇਹ ਨਹੀਂ ਕਿ ਕਿਉਂਕਿ ਜਿੱਦਾਂ ਦਾ ਅੱਜ ਕੱਲ੍ਹ ਸਮਾਂ ਬਣ ਰਿਹਾ ਹੈ ਜਿਹੜਾ ਸਿੱਖਿਆ ਦੇਣ ਵਾਲਾ ਉਹੀ ਗੁਰੂ ਬਣੀ ਬੈਠਾ ਹੈ। ਬਿਲਕੁਲ, ਸਾਡੇ ਸਿੱਖਾਂ ਦੇ ਵਿੱਚ ਇਹ ਗੱਲ ਹੈ ਸੀ। ਹਾਂਜੀ, ਸਿੱਖ ਕਹਿੰਦਾ ਸੀ ਜੋ ਕੁਛ ਮੇਰਾ ਹੈ ਜੀ ਉਹ ਗੁਰੂ ਦੀ ਬਖਸ਼ਿਸ਼ ਹੈ, ਗੁਰੂ ਦਾ ਹੈ ਜੀ। ਤੇ ਗੁਰੂ ਨੇ ਵੀ ਸਿੱਖ ਤੋਂ ਕੁਛ ਨਹੀਂ ਲਗਾਇਆ। ਹਾਂਜੀ, ਗੁਰੂ ਕਹਿੰਦਾ ਜੋ ਕੁਛ ਮੇਰਾ ਮੇਰੇ ਸਿੱਖ ਦਾ। ਹਾਂਜੀ, ਔਰ ਦੇਖੋ ਗੁਰੂ ਘਰ ਵੱਲੋਂ ਮਾਨ ਦੇਣ ਦੀ ਗੱਲ, ਗੁਰੂ ਅਰਜਨ ਦੇਵ ਨਾਲ ਵੱਡਾ ਬਲੀ ਕੋਈ ਹੋ ਸਕਦਾ ਜੀ? ਕਿੱਡੇ ਵੱਡੇ ਬਲੂ ਨੇ, ਬਲੀ ਨੇ। ਉਹਨਾਂ ਦੇ ਬਾਰੇ ਭੱਟ ਕਹਿ ਰਹੇ ਨੇ ਕਿ ਭਨ ਮਥਰਾ ਕਛ ਭੇਦ ਨਹੀਂ ਗੁਰੂ ਅਰਜਨ ਪ੍ਰਤੱਖ ਹਰ ਜੀ, ਕਿ ਪ੍ਰਤੱਖ ਪਰਮਾਤਮਾ ਨੇ ਗੁਰੂ ਅਰਜਨ ਦੇਵ ਜੀ ਜੀ ਜੀ। ਔਰ ਜਿਹੜੇ ਉਹਨਾਂ ਨੇ ਵੀ ਕਹਿਤਾ ਭੱਟਾਂ ਨੇ ਕਿ ਜਿਨ੍ਹਾਂ ਨੇ ਗੁਰੂ ਅਰਜਨ ਦੇਵ ਦਾ ਇੱਕ ਵਾਰੀ ਨਾਂ ਲੈ ਲਿਆ ਨਾ ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਕਰ ਬਣਾ ਆਇਓ। ਏਡੇ ਬਲੀ ਨੇ ਜਿਨ੍ਹਾਂ ਨੇ ਇੱਕ ਵਾਰੀ ਨਾਂ ਲਿਆ ਤਾਂ ਦੁਬਾਰਾ ਜਨਮ ਤੋਂ ਮੁਕਤ ਹੋ ਜਾਂਦੇ ਨੇ। ਪਰ ਗੁਰੂ ਅਰਜਨ ਦੇਵ ਜੀ ਜਦੋਂ ਮਾਤਾ ਗੰਗਾ ਜੀ ਕਹਿੰਦੇ ਆ ਕਿ ਸਾਨੂੰ ਵੀ ਹੁਣ ਪੁੱਤਰ ਦੀ ਦਾਤ ਚਾਹੀਦੀ, ਤੁਸੀਂ ਰਾਜਿਆਂ ਦੀਆਂ ਝੋਲੀਆਂ ਭਰ ਦਿੱਤੀਆਂ, ਰੰਕਾਂ ਦੀਆਂ ਭਰ ਦਿੱਤੀਆਂ, ਸਾਰਿਆਂ ਦੀ ਭਰਤੀਆਂ, ਵੀ ਘਰ ਦੇ ਵਿੱਚ ਵੀ ਤੁਸੀਂ ਨਿਗਾਹ ਕਰੋ ਜੀ। ਉਹ ਕਹਿੰਦੇ ਗੁਰੂ ਨਾਨਕ ਦੇ ਨਾਂ 'ਤੇ ਗੁਰੂ ਨਾਨਕ ਦੇ ਦੀ ਬਖਸ਼ਿਸ਼ ਆ, ਮਿਹਰ ਆ ਤੁਹਾਡੇ ਉੱਤੇ, ਤੁਸੀਂ ਜੋ ਚਾਹੋ ਕਰ ਸਕਦੇ ਹੋ। ਅਤੇ ਉਹ ਕਹਿੰਦੇ ਜੇ ਗੁਰੂ ਨਾਨਕ ਦੇ ਨਾਂ 'ਤੇ ਮੰਗਣਾ ਤਾਂ ਉੱਥੋਂ ਜਾ ਕੇ ਮੰਗ, ਜਿਹਨੇ ਗੁਰੂ ਨਾਨਕ ਦੇ ਦਰਸ਼ਨ ਕੀਤੇ ਨੇ ਬਾਬਾ ਬੁੱਢਾ ਜੀ ਨੇ ਤੋਰ ਦਿੱਤਾ। ਸੋ ਗੁਰੂ ਨੇ ਸਮਰੱਥ ਹੁੰਦਿਆਂ ਹੋਇਆ ਮਾਨਕ ਨੂੰ ਦਿੱਤਾ ਸਿੱਖ ਨੂੰ, ਅਤੇ ਸਿੱਖ ਕੋਲ ਜਦੋਂ ਕੋਈ ਆਉਂਦਾ ਸਿੱਖ ਕਹਿੰਦਾ ਜੀ ਮੇਰੇ ਕੋਲ ਜਿਹੜੀ ਕਲਾ ਵਰਤ ਰਹੀ ਹੈ ਬਾਬਾ, ਭਾਵੇਂ ਭਾਈ ਬਿਧੀ ਚੰਦ ਦੀ ਸੀ, ਭਾਵੇਂ ਭਾਈ ਗੁਰਦਾਸ ਦੀ, ਭਾਵੇਂ ਭਾਈ ਬੁੱਢਾ ਜੀ ਦੀ, ਉਹ ਕਹਿੰਦੇ ਜੀ ਕਲਾ ਵਰਤ ਰਹੀ ਹੈ ਤੇ ਕਲਾ ਤਾਂ ਗੁਰੂ ਦੀ ਹੈ, ਉਹ ਗੁਰੂ ਦੇ ਚਰਨੀ ਲੈ ਕੇ ਆਉਂਦਾ। ਇਹ ਜਿਹੜਾ ਗੁਰਸਿੱਖ ਦਾ ਤੇ ਗੁਰੂ ਦਾ ਨਾਤਾ ਹੈ, ਹਾਂਜੀ, ਸਿੱਖ ਦਾ ਤੇ ਗੁਰੂ ਦਾ ਨਾਤਾ ਜਿਹੜਾ ਹੈ ਨਾ, ਇਹੀ ਨਾਤਾ ਜਿਹੜਾ ਸਿੱਖ ਨੂੰ ਗੁਰਸਿੱਖ ਬਣਾ ਦਿੰਦਾ। ਹਾਂਜੀ ਹਾਂਜੀ, ਸੋ ਇਹ ਗੱਲ ਹੈ ਭਾਈ ਗੁਰਦਾਸ ਜੀ ਲੈ ਕੇ ਆਏ ਸੀ, ਅੱਜ ਦੇ ਗੁਰੂਆਂ ਵਰਗੇ ਨਹੀਂ, ਅੱਜ ਦੇ ਦੁੰਬੀਆਂ ਵਰਗੇ ਨਹੀਂ, ਅੱਜ ਦੇ ਪਖੰਡੀਆਂ ਵਰਗੇ ਨਹੀਂ ਕਿ ਆਪਣੇ ਨਾਲ ਹੀ ਜੋੜ ਲੈਣ, ਨਹੀਂ ਜੀ। ਜਿਹੜਾ ਮਹਾਂਪੁਰਸ਼ ਹੋਏਗਾ, ਹਾਂਜੀ, ਜਿਹੜਾ ਗੁਰੂ ਦਾ ਸਿੱਖ ਹੋਏਗਾ, ਗੁਰੂ ਦੀ ਬਖਸ਼ਿਸ਼ਾਂ ਹੋਏਗਾ, ਉਹ ਜੁੜੇਗਾ ਗੁਰੂ ਦੇ ਨਾਲ ਹੀ। ਹਾਂਜੀ, ਹਾਂਜੀ, ਅਤੇ ਮੇਰੇ ਖਿਆਲ ਇਹ ਗੱਲ ਜਿਹੜੀ ਮੈਨੂੰ ਵੀ ਸਮਝ ਲੱਗ ਗਈ ਅਤੇ ਦਰਸ਼ਕਾਂ ਨੂੰ ਵੀ ਜ਼ਰੂਰ ਇਸ ਗੱਲ ਦੇ ਸਮਝ ਲੱਗ ਗਈ ਹੋਗੀ। ਮੇਰਾ ਅੱਜ ਦਾ ਸਵਾਲ ਹੈ ਵੀਰ ਜੀ ਕਿ ਸ੍ਰੀ ਹਰਗੋਬਿੰਦਪੁਰ ਵਾਲੀ ਜਿਹੜੀ ਜੰਗ ਆ ਉਹਦਾ ਸਬੱਬ ਕਿਵੇਂ ਬਣਿਆ? ਕਿਉਂਕਿ ਪਹਿਲੀ ਜੰਗ ਤਾਂ ਅੰਮ੍ਰਿਤਸਰ ਸਾਹਿਬ ਹੋਈ ਸੀ ਅਤੇ ਜਿਹੜੀ ਹਰਗੋਬਿੰਦਪੁਰ ਵਾਲੀ ਜੰਗ ਇਹਦਾ ਸਬੱਬ ਕਿਵੇਂ ਬਣਿਆ? ਵੱਡਾ ਸਵਾਲ, ਹਾਂਜੀ, ਪਰ ਕੋਸ਼ਿਸ਼ ਕਰਾਂਗੇ ਜਿੰਨੀ ਗੱਲ ਹੋਣ ਹੋ ਸਕਦੀ ਇਹਨੂੰ ਆਪਾਂ ਲੈ ਕੇ ਚੱਲਾਂਗੇ, ਗਾਂਹ ਨੂੰ ਤੋਰਾਂਗੇ ਜ਼ਰੂਰ। ਹਰਗੋਬਿੰਦਪੁਰ ਵਾਲੀ ਜਿਹੜੀ ਜੰਗ ਹੈ ਜੀ ਉਹ ਗੁਰੂ ਹਰਗੋਬਿੰਦ ਸਾਹਿਬ ਦੇ ਜੀਵਨ ਦੀ ਦੂਜੀ ਜੰਗ ਹੈ। ਠੀਕ ਹੈ, ਇੱਕ ਗੱਲ ਹੋਰ ਮੈਂ ਸਪਸ਼ਟ ਕਰਦਾ ਜ਼ਰੂਰ। ਕਈਆਂ ਇਤਿਹਾਸਕਾਰਾਂ ਨੇ ਇਹਨੂੰ ਪਹਿਲੀ ਜੰਗ ਦੇ ਤੌਰ 'ਤੇ ਲਿਆ ਅਤੇ ਅੰਮ੍ਰਿਤਸਰ ਨੂੰ ਦੂਜੀ ਜੰਗ ਦੇ ਤੌਰ 'ਤੇ ਲਿਆ। ਠੀਕ ਹੈ, ਪਰ ਜਿੱਦਾਂ ਤੁਸੀਂ ਦੱਸਿਆ ਵੀ ਅੰਮ੍ਰਿਤਸਰ ਜਦੋਂ ਹੋਈ ਉਹ ਪਹਿਲੀ ਜੰਗ, ਉਹ ਪਹਿਲੀ ਜੰਗ ਸੀ, ਬਿਲਕੁਲ ਬਿਲਕੁਲ ਜੀ, ਮੈਂ ਉਹੀ ਗੱਲ ਸਪਸ਼ਟ ਕਰਨ ਲੱਗਾ। ਕਿਉਂਕਿ ਜਿਹੜੇ ਭੱਟ ਵਈਆਂ ਆ, ਹਾਂਜੀ, ਉਹਨਾਂ ਨੇ ਹਰਗੋਬਿੰਦਪੁਰੇ ਦਾ ਪਹਿਲਾਂ ਜ਼ਿਕਰ ਕੀਤਾ ਜੰਗ ਦਾ ਜੀ, ਤੇ ਅੰਮ੍ਰਿਤਸਰ ਦੀ ਜੰਗ ਦਾ ਬਾਅਦ 'ਚ ਕੀਤਾ। ਠੀਕ ਹੈ, ਪਰ ਜਿਹੜੇ ਸਾਡੇ ਜਿਹੜੇ ਸਿੱਖ ਸਰੋਤ ਵਾਲੇ ਗ੍ਰੰਥ ਆ, ਬੇਸ਼ੱਕ ਸੂਰਜ ਪ੍ਰਕਾਸ਼ ਆ, ਬੇਸ਼ੱਕ ਪੰਥ ਪ੍ਰਕਾਸ਼ ਆ, ਅਤੇ ਬੇਸ਼ੱਕ ਸਾਡੇ ਜਿਹੜੇ ਪ੍ਰਵਾਨ ਲਿਖ ਕੇ ਆ ਭਾਈ ਵੀਰ ਸਿੰਘ ਕਹਿ ਲਓ ਜੀ, ਪ੍ਰੋਫੈਸਰ ਸਾਹਿਬ ਸਿੰਘ ਕਹਿ ਲਓ ਜਿਹਨਾਂ ਨੇ ਗੁਰ ਇਤਿਹਾਸ ਲਿਖਿਆ, ਹਾਂਜੀ, ਜਾਂ ਸਾਡੀਆਂ ਸੰਪਰਦਾਵਾਂ ਜਿਹੜੀਆਂ ਜੀ ਜੀ, ਉਹ ਜਿਹੜੀ ਬਣਾਉਂਦੀਆਂ ਉਹ ਕਹਿੰਦੀਆਂ ਸੰਪਰਦਾਵਾਂ ਕਹਿੰਦੀਆਂ ਕਿ ਜਿਹੜੀ ਸਾਡੀ ਸੀਨਾ ਪਸੀਨਾ ਇਤਿਹਾਸ ਚੱਲਦਾ ਵਾ ਕਿ ਪਹਿਲੀ ਜੰਗ ਅੰਮ੍ਰਿਤਸਰ ਦੀ, ਹਾਂਜੀ, ਦੂਜੀ ਜੰਗ ਹਰਗੋਬਿੰਦਪੁਰੇ ਦੀ ਜੀ, ਤੀਜੀ ਜੰਗ ਮਹਾਰਾਜ ਵਾਲੀ ਜੀ, ਤੇ ਚੌਥੀ ਜੰਗ ਕਰਤਾਰਪੁਰ ਵਾਲੀ। ਪਹਿਲੀ ਜੰਗ 1628 ਚ ਜੀ, ਦੂਜੀ ਜੰਗ 1630 ਚ, ਤੀਜੀ ਜੰਗ 1631 ਚ ਜੀ, ਤੇ ਚੌਥੀ ਜੰਗ 1634 ਚ। ਠੀਕ ਹੈ, ਸੋ ਇਦਾਂ ਜਿਹੜੀ ਬਣਦੀ ਆ ਸਾਡੇ ਕੋਲ ਜਿਹੜਾ ਇਤਿਹਾਸ ਮਿਲਦਾ, ਤੇ ਮੈਂ ਜਿਹੜਾ ਆਪਾਂ ਫੋਲੋ ਕਰ ਰਹੇ ਹਾਂ ਜਿਹੜੇ ਸਾਡੇ ਕੋਲ ਸੂਰਜ ਪ੍ਰਕਾਸ਼ ਵਾਲੇ ਆ, ਭਾਈ ਵੀਰ ਸਿੰਘ ਜੀ ਵਾਂਗ, ਕਿਉਂਕਿ ਵੱਡੀਆਂ ਹਸਤੀਆਂ ਉਹਦੇ ਨਾਲ ਜੁੜੀਆਂ ਹੋਈਆਂ, ਪ੍ਰੋਫੈਸਰ ਸਾਹਿਬ ਸਿੰਘ ਨੇ ਵੀ ਉਹੀ ਗੱਲ ਕੀਤੀ ਆ। ਔਰ ਮੈਨੂੰ ਜਿੰਨਾ ਕੁ ਮੈਂ ਇਤਿਹਾਸ ਪੜ੍ਹਿਆ, ਭਗਤ ਪ੍ਰਕਾਸ਼ ਬਾਕੀ ਸਾਰਾ ਕੁਛ, ਮੈਨੂੰ ਲੱਗਦਾ ਕਿ ਇਹ ਜਿਹੜੀ ਤਰਤੀਬ ਜ਼ਿਆਦਾ ਠੀਕ ਹੈ। ਹਾਂਜੀ, ਸੋ ਹਰਗੋਬਿੰਦਪੁਰ ਵਾਲੀ ਦੂਜੀ ਜੰਗ ਸਾਡੇ ਜਿਹੜੇ ਮੁੱਢਲੇ ਸਰੋਤ ਹੈ, ਬੇਸ਼ੱਕ ਉਹ ਖਾਲਸਾ ਤਵਾਰੀਖ ਹੋਵੇ ਜੀ, ਕਿਉਂਕਿ ਖਾਲਸਾ ਤਵਾਰੀਖ ਜਿਹੜੀ ਹੈ ਤਵਾਰੀਖ ਗਿਆਨੀ ਗਿਆਨ ਸਿੰਘ ਦੀ ਲਿਖੀ ਹੋਈ ਆ, ਬੇਸ਼ੱਕ ਉਹ ਪੰਥ ਪ੍ਰਕਾਸ਼ ਹੋਵੇ ਗਿਆਨੀ ਗਿਆਨ ਸਿੰਘ ਵਾਲਾ, ਬੇਸ਼ੱਕ ਰਤਨ ਸਿੰਘ ਭੰਗੂ ਵਾਲਾ ਹੋਵੇ, ਅਤੇ ਬੇਸ਼ੱਕ ਸੂਰਜ ਪ੍ਰਕਾਸ਼ ਗਿਆਨੀ ਸੰਤੋਖ ਸਿੰਘ ਵਾਲਾ ਹੋਵੇ, ਬੇਸ਼ੱਕ ਗੁਰੂ ਬਿਲਾਸ ਪਾਤਸ਼ਾਹ ਛੇਵੀਂ ਹੋਵੇ,
ਇਹਨਾਂ ਸਾਰਿਆਂ ਨੇ ਜਿਹੜੇ ਸਾਡੇ ਮੁੱਢਲੇ ਸਰੋਤ ਆ ਇਹਨੂੰ ਦੂਜੀ ਜੰਗ ਕਰਕੇ ਯਾਦ ਕੀਤਾ। ਸੋ ਮੈਂ ਦੂਜੀ ਜੰਗ ਦੇ ਤੌਰ ਤੇ ਜ਼ਿਆਦਾ ਮੰਨਦਾ। ਠੀਕ ਹੈ, ਦੂਜੀ ਜੰਗ ਹਰਗੋਬਿੰਦਪੁਰੇ ਵਾਲੀ, ਇਹਦਾ ਸਬੱਬ ਕਿਵੇਂ ਬਣਿਆ? ਹਾਂਜੀ, ਤੁਹਾਡਾ ਸਵਾਲ ਹੈ, ਬਿਲਕੁਲ। ਇਹਦੇ ਪਹਿਲਾਂ ਜੀ ਇਜਾਜ਼ਤ ਹੋਵੇ ਇੱਕ ਗੱਲ ਹੋਰ ਕਰ ਲਵਾਂ ਮੈਂ ਜ਼ਰੂਰ, ਕਿ ਹਰਗੋਬਿੰਦਪੁਰਾ ਕਿਵੇਂ ਉਸਰਿਆ? ਹਾਂਜੀ, ਕਿਉਂ ਜੰਗ ਤਾਂ ਬਾਅਦ ਦੀ ਗੱਲ ਹੈ। ਹਾਂਜੀ ਹਾਂਜੀ, ਹਰਗੋਬਿੰਦਪੁਰੇ ਦਾ ਪਹਿਲਾਂ ਨਾਂ ਗੋਬਿੰਦਪੁਰਾ ਸੀਗਾ। ਠੀਕ ਹੈ, ਪਰ ਜਦੋਂ ਇਹਦਾ ਨਾਂ ਗੋਬਿੰਦਪੁਰਾ ਰੱਖਿਆ ਨਾ ਜੀ, ਉਹ ਗੁਰੂ ਅਰਜਨ ਦੇਵ ਨੇ ਰੱਖਿਆ ਸੀ। ਠੀਕ ਹੈ, ਔਰ ਗੁਰੂ ਅਰਜਨ ਦੇਵ ਨੇ ਜਦੋਂ ਥਾਂ ਲਈ ਇਹ, ਉਹਦੇ ਪਿੱਛੇ ਕੋਈ ਕਾਰਨ ਵੀ ਹੋਊਗਾ ਉਹਨਾਂ ਦਾ? ਬਿਲਕੁਲ ਜੀ, ਜਿਸ ਦਿਨ ਗੁਰੂ ਹਰਗੋਬਿੰਦ ਸਾਹਿਬ ਦਾ ਪ੍ਰਕਾਸ਼ ਹੋਇਆ, ਹਾਂਜੀ, 1695 ਵਿੱਚ ਜੀ, ਕਿਉਂਕਿ ਗੁਰੂ ਅਰਜਨ ਦੇਵ ਦਾ ਆਨੰਦ ਕਾਰਜ ਹੋ ਗਿਆ 1699 ਵਿੱਚ। ਹਾਂਜੀ, ਤੇ 6 ਸਾਲ ਉਹਨਾਂ ਦੇ ਘਰ ਕੋਈ ਇਲਾਜ ਨਹੀਂ ਆਈ। ਠੀਕ ਹੈ, 6 ਸਾਲ ਗੁਰੂ ਘਰ ਚ ਪੁੱਤਰ ਪੈਦਾ ਹੋਇਆ ਤੇ ਗੁਰੂ ਅਰਜਨ ਦੇਵ ਜੀ ਦੇ ਇੱਕੋ ਇੱਕ ਪੁੱਤਰ ਹੈ ਗੁਰੂ ਹਰਗੋਬਿੰਦ ਸਾਹਿਬ ਜੀ, ਅਗਲੋਤਾ ਪੁੱਤਰ ਹੈ, ਤੇ ਸੰਗਤਾਂ ਨੂੰ ਬੜੀ ਖੁਸ਼ੀ ਆਈ। ਇੱਕ ਤਾਂ 6 ਸਾਲ ਦੀ ਉਡੀਕ ਆ, ਲੰਮੀ ਉਡੀਕ ਆ, ਇੱਕ ਪਹਿਲੇ ਪੁੱਤਰ ਆ, ਇੱਕੋ ਇੱਕ ਪੁੱਤਰ ਆ, ਤੇ ਸੰਗਤਾਂ ਬੜੀ ਦੂਰੋਂ ਦੂਰੋਂ ਦਰਸ਼ਨ ਕਰਨ ਆਈਆਂ। ਹਾਂਜੀ, ਤੇ ਜਿਹੜੀ ਪ੍ਰਤਿ ਆਪਣੇ ਇਤਿਹਾਸ ਦੀ ਆਪਣੇ ਸੱਭਿਆਚਾਰ ਦੀ ਗੱਲ ਹੈ, ਉਹ ਜੀ ਜੀ ਮੈਂ ਉਹਨੂੰ ਧਰਮ ਦੇ ਨਾਲ ਨਾ ਜੋੜਾਂ, ਬਿਲਕੁਲ। ਹਾਂਜੀ ਹਾਂਜੀ ਹਾਂਜੀ, ਸਾਡਾ ਸੱਭਿਆਚਾਰ ਹੈ ਕਿ ਜਦੋਂ ਅਸੀਂ ਬੱਚੇ ਦਾ ਜਾ ਕੇ ਮੂੰਹ ਦੇਖਦੇ ਹਾਂ, ਹਾਂਜੀ, ਅਸੀਂ ਕਹਿੰਦੇ ਹਾਂ ਇਹ ਕਿ ਬੱਚਾ ਤਾਜ਼ਾ ਤਾਜ਼ਾ ਰੱਬ ਦੇ ਕੋਲੋਂ ਆਇਆ। ਹਾਂਜੀ, ਇਹਦੇ ਦਰਸ਼ਨ ਰੱਬ ਦੇ ਦਰਸ਼ਨ ਦਰਸ਼ਨ, ਹਾਂਜੀ, ਇੱਦਾਂ ਕਹਿੰਦੇ ਹਾਂ ਜੀ, ਬਿਲਕੁਲ, ਅੱਜ ਵੀ ਇਹੀ। ਹਾਂਜੀ ਹਾਂਜੀ, ਬੱਚੇ ਨੂੰ ਜਦੋਂ ਦੇਖਣ ਜਾਂਦੇ ਰਿਸ਼ਤੇਦਾਰ ਜਾਂ ਸੱਜਣ ਮਿੱਤਰ ਕੋਈ ਵੀ, ਉਹ ਕਹਿੰਦੇ ਬੱਚਾ ਤਾਜ਼ਾ ਤਾਜ਼ਾ ਰੱਬ ਦੇ ਕੋਲੋਂ ਆਇਆ, ਇਹਦੇ ਚਿਹਰੇ 'ਤੇ ਉਹ ਖੇੜਾ ਹੈ ਰੱਬ ਦਾ, ਇਹਦੇ ਚਿਹਰੇ ਤੋਂ ਮਸੂਮੀਅਤ ਆ, ਜੇ ਦੁਨੀਆਂ ਦੀ ਪਾਹ ਨਹੀਂ ਇਹਨੂੰ ਲੱਗੀ, ਇਹਦੇ ਦਰਸ਼ਨ ਰੱਬ ਦੇ ਦਰਸ਼ਨ ਆ, ਤੇ ਜਦੋਂ ਰੱਬ ਦੇ ਦਰਸ਼ਨ ਇਹਦੇ ਵਿੱਚ ਹੋ ਰਿਹਾ, ਸਾਨੂੰ ਉਹ ਮਸੂਮੀਅਤ ਦਿਸ ਰਹੀ ਆ, ਉਹ ਉਜਲਾਪਣ ਦਿਸ ਰਿਹਾ, ਉਹ ਮੁਸਕਰਾਹਟ ਦਿਸ ਰਹੀ ਆ। ਔਰ ਮੈਂ ਇੱਕ ਤਜਰਬਾ ਤੁਸੀਂ ਕਰਕੇ ਦੇਖੋ, ਕਿਤੇ ਬੱਚਾ 1.5-2 ਸਾਲ ਦਾ ਹੋਵੇ, ਹਾਂਜੀ, ਉਹਦੀਆਂ ਅੱਖਾਂ 'ਚ ਕਿਤੇ ਅੱਖਾਂ ਪਾਉਣ ਦੀ ਕੋਸ਼ਿਸ਼ ਕਰੋ, ਉਹ ਆਪਣੀ ਅੱਖਾਂ 'ਚ ਅੱਖਾਂ ਨਹੀਂ ਪਾਉਂਦੇਗਾ, ਕਿਉਂਕਿ ਤੁਸੀਂ ਉਹਦੀ ਅੱਖਾਂ 'ਚ ਅੱਖਾਂ ਪਾਉਂਦੇ ਆ ਤੇ ਤੁਹਾਨੂੰ ਇੱਕ ਮਸੂਮੀਅਤ ਨਜ਼ਰ ਆਉਂਦੀ ਆ, ਤੁਹਾਡੇ ਮਨ ਨੂੰ ਇੱਕ ਸ਼ਾਂਤੀ ਮਿਲਦੀ, ਕਿਉਂਕਿ ਉਹਦੇ ਅੰਦਰ ਨਿਰਛਲ ਸਮਾਜ ਹੈ। ਜੀ ਜੀ, ਉਹਨੇ ਕੋਈ ਦੁਨੀਆ ਦਾ ਇਹੋ ਜਿਹਾ ਕੰਮ ਨਹੀਂ ਕੀਤਾ, ਪਰਮਾਤਮਾ ਦੇ ਕੋਲੋਂ ਤਾਜ਼ਾ ਤਾਜ਼ਾ ਆਇਆ ਇੱਦਾਂ ਕਹੀਏ ਜੀ, ਪਰ ਬੱਚਾ ਨਹੀਂ, ਬੱਚਾ ਅੱਖਾਂ ਭਰੇ ਅੱਗੇ ਪਿੱਛੇ ਕਰੇਗਾ, ਕਿਉਂਕਿ ਤੁਹਾਡੇ ਅੰਦਰ ਤਾਂ ਖਲਲ ਭਰਿਆ ਹੋਇਆ। ਜੀ ਜੀ, ਦੁਨੀਆ ਭਰ ਦਾ ਖਲਲ ਭਰਿਆ ਹੋਇਆ ਆ, ਤੁਸੀਂ ਜੋ ਕੁਛ ਹੈਗਾ, ਬੱਚੇ ਦੀ ਬਿਰਤੀ ਜਿਹੜੀ ਅੰਦਰੋਂ ਜੁੜੀ ਹੋਈ ਚਾਟ ਹੁੰਦੀ ਹੈ, ਉਹ ਅੱਖਾਂ ਭਰੇ ਨੂੰ ਕਰਦਾ ਹੈ, ਤੁਸੀਂ ਪਾਓਗੇ ਤੁਹਾਨੂੰ ਸ਼ਾਂਤੀ ਮਿਲੇਗੀ, ਬੱਚੇ ਨੂੰ ਸ਼ਾਂਤੀ ਨਹੀਂ ਮਿਲਦੀ, ਅੱਖਾਂ ਭਰੇ ਕਰਨੀਆਂ ਕਰਨੀਆਂ, ਤਜਰਬਾ ਕਰਕੇ ਦੇਖ ਲਿਓ। ਪਰ ਜੇ ਕਦੇ ਤੁਹਾਡੀਆਂ ਅੱਖਾਂ 'ਚ ਅੱਖਾਂ ਬੱਚਾ ਟਕਾ ਰਿਹਾ ਹੈ ਨਾ, ਤੇ ਫਿਰ ਸਮਝ ਲਓ ਤੁਹਾਡੇ ਅੰਦਰ ਉਹ ਖਲਲ ਨਹੀਂ ਹੈਗਾ, ਤੁਹਾਡੀ ਵੀ ਬਾਲ ਬੁੱਧੀ ਹੈ, ਤੁਹਾਡੇ ਅੰਦਰ ਵੀ ਭੋਲਾ ਪਾਣੀ ਹੈ, ਤੇ ਆਪਣੇ ਆਪ ਦੀ ਬਿਰਤੀ ਚੱਕਣ ਦੀ ਗੱਲ ਕਰਦੇ ਨੇ, ਆਪਣੀ ਬਿਰਤੀ ਦੇ ਚੱਕਰ ਲੈਣੀ ਚਾਹੀਦੀ, ਹੋਰ ਕੁਛ ਨਾ ਕਰੇ ਬੰਦਾ, ਕਿਸੇ ਬੱਚੇ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਦੇਖ ਲਵੇ, ਤੇ ਜੇ ਅੱਖਾਂ 'ਚ ਅੱਖਾਂ ਪਾ ਕੇ ਬੱਚਾ ਤੁਹਾਡੀਆਂ ਅੱਖਾਂ ਆਪਣੀਆਂ ਪਾਸੇ ਨਹੀਂ ਕਰਦਾ, ਤੇ ਸਮਝ ਲਓ ਬੱਚਾ ਤੁਹਾਡੇ ਨਾਲ ਮਿਕਸ ਹੋ ਰਿਹਾ, ਬੱਚਾ ਤੁਹਾਡੇ ਨਾਲ, ਜੇ ਤੁਹਾਡੀਆਂ ਅੱਖਾਂ 'ਚ ਅੱਖਾਂ ਪਾ ਰਿਹਾ, ਇਹਦਾ ਮਤਲਬ ਤੁਹਾਡੀ ਸਾਂਝ ਜਾਂ ਤੁਹਾਡੀ ਵੀ ਬਾਲ ਬੁੱਧੀ ਹੈ। ਜੀ ਜੀ ਜੀ, ਧਰਮ ਦੇ ਨਾਲ ਨਾਲ ਜੋ ਤਿਹਾਨ ਜੁੜਦੇ ਹੁੰਦੇ ਇਹ ਪੁਰਾਣੇ ਹੁੰਦੇ ਆ, ਇੱਦਾਂ ਦੇ ਯਤਨ ਕਰਕੇ ਦੇਖ ਲੈਣ, ਇਹ ਤਜਰਬੇ ਛੋਟੇ ਛੋਟੇ ਜ਼ਿੰਦਗੀ ਦੇ, ਪਰ ਇਹਦੇ 'ਚੋਂ ਇਹ ਰਹਿੰਦੇ ਜਿਹੜੇ ਨਾਮ ਜਪਣ ਵਾਲੇ ਉਹਨਾਂ ਦੇ ਕੋਲ ਰਹੋਗੇ, ਤੁਹਾਨੂੰ ਉੱਥੋਂ ਪਤਾ ਲੱਗੇਗਾ। ਹਾਂਜੀ ਹਾਂਜੀ, ਇਸੇ ਕਰਕੇ ਸਾਧੂ ਦੀ ਸੰਗਤ ਕਰਨੀ ਚਾਹੀਦੀ ਹੈ, ਇਸੇ ਕਰਕੇ ਸਾਧੂ ਦੀ ਸੰਗਤ ਦਾ ਮਹੱਤਵ ਹੈ, ਇਸੇ ਕਰਕੇ ਨਾਮ ਵਾਲੇ ਬੰਦੇ ਦੀ ਸੰਗਤ ਦਾ ਮਹੱਤਵ ਹੈ ਕਿ ਉੱਥੋਂ ਤੁਹਾਨੂੰ ਕੋਈ ਨਾ ਕੋਈ ਗੁਰ ਮਿਲਦਾ। ਜੀ, ਤੇ ਟੈਲੀਵਿਜ਼ਨ ਵੀ ਤਾਂ ਹੁਣ ਗੁਰਦੇ ਹੀ ਗੁਰਦੇ, ਹਾਂਜੀ, ਅਸੀਂ ਉੱਥੋਂ ਬੜਾ ਕੁਝ ਸਿੱਖ ਰਹੇ ਹਾਂ। ਕਰ, ਮੈਂ ਬੇਨਤੀ ਕਰ ਰਿਹਾ ਸੀ ਕਿ ਬੱਚੇ ਦੇ ਦਰਸ਼ਨ ਕਰਨ ਜਾਂਦੇ, ਸਾਡਾ ਸੱਭਿਆਚਾਰ ਹੈ, ਜੀ ਜੀ, ਕੋਈ ਧਰਮ ਨਾਲ ਜੋੜ ਕੇ ਨਾ ਗੱਲ ਕਰ ਲਵੇ, ਕਹਿੰਦੇ ਰਾਣਾ ਜੀ ਕਹਿ ਗਿਆ ਧਰਮ ਦੀ ਗੱਲ, ਧਰਮ ਦੀ ਗੱਲ ਮੈਂ ਬਿਲਕੁਲ ਨਹੀਂ ਕਰ ਰਿਹਾ, ਮੈਂ ਕਹਿੰਦਾ ਸਾਡਾ ਸੱਭਿਆਚਾਰ ਹੈ, ਪੰਜਾਬ ਦਾ ਸੱਭਿਆਚਾਰ ਹੈ, ਦੁਨੀਆ ਭਰ ਦਾ ਸੱਭਿਆਚਾਰ ਹੈ ਕਿ ਬੱਚੇ ਦੇ ਦਰਸ਼ਨ ਕਰਨ ਜਾਓ ਤੇ ਉਹਦੇ 'ਚ ਰੱਬ ਦਿਸਦਾ। ਹਾਂਜੀ, ਇੱਕ ਰਿਵਾਜ਼ ਕਹਿ ਲਈਏ, ਇੱਕ ਰਿਵਾਜ਼ ਕਹਿ ਲਓ, ਸੱਭਿਆਚਾਰ ਹੈ ਸਾਡਾ। ਜੀ ਜੀ ਜੀ, ਤੇ ਜੇ ਰੱਬ ਦੇ ਦਰਸ਼ਨ ਹੋਣੇ ਨੇ ਤੇ ਫਿਰ ਉਹਨੂੰ ਕੁਝ ਦੇਣਾ ਵੀ ਹੈ। ਜੀ, ਤੁਹਾਨੂੰ ਕੁਛ ਮਿਲਿਆ, ਰੱਬ ਦੇ ਦਰਸ਼ਨ ਬੱਚੇ ਦਾ ਹੀ ਹੋਏ ਨੇ, ਤੇ ਫਿਰ ਬੱਚੇ ਦੇ ਰਾਹੀ ਹੋਏ ਨੇ, ਉਹ ਪਰਮਾਤਮਾ ਤੋਂ ਤਾਜ਼ਾ ਤਾਜ਼ਾ ਆਇਆ ਹੈ, ਤੇ ਇਸ ਕਰਕੇ ਉਹਨੂੰ ਦਿੱਤਾ ਜਾਵੇ, ਆਪਾਂ ਜਿਹੜਾ ਦਿਨ ਉਹ ਪ੍ਰਸੰਗ ਕਰ ਲੈਂਦੇ। ਜੀ ਜੀ, ਹਾਂਜੀ, ਬੱਚੇ ਦੀ ਤਲੀ ਤੇ ਕੁਛ ਛੋਟੇ ਬੱਚੇ ਦੀ ਰੱਖਦੇ ਆ, ਜੇ ਬੱਚੇ ਦੇ ਨਹੀਂ ਤੇ ਮਾਂ ਦੇ ਰੱਖਦੇ, ਬੱਚਾ ਨਹੀਂ ਫੜਨ ਚੁੱਕਾ ਤਾਂ ਉਹਦੇ ਮਾਤਾ ਪਿਤਾ ਨੂੰ ਦਿੰਦੇ ਆ, ਇਹ ਸਾਡਾ ਰਿਵਾਜ਼ ਬਣ ਗਿਆ ਹੁਣ। ਪਰ ਹੈ ਬਿਰਤੀ ਇਹ ਸੀਗੀ, ਜਦੋਂ ਗੱਲ ਸ਼ੁਰੂ ਹੋਈ ਸੀ ਇਹ ਸੀ ਕਿ ਬੱਚੇ ਦੇ ਵਿੱਚੋਂ ਰੱਬ ਦੇ ਦਰਸ਼ਨ ਹੋਏ ਨੇ, ਤੇ ਜਿੱਥੋਂ ਰੱਬ ਦੇ ਦਰਸ਼ਨ ਹੋ ਰਹੇ ਨੇ, ਜਿੱਥੋਂ ਰੱਬ ਦੀਆਂ ਗੱਲਾਂ ਸੁਣਨ ਨੂੰ ਮਿਲ ਰਹੀਆਂ ਨੇ, ਜਿੱਥੋਂ ਰੱਬ ਦੀ, ਇਸੇ ਕਰਕੇ ਅਸੀਂ ਕੀਰਤਨੀ ਨੂੰ ਪੈਸੇ ਦਿੰਦੇ ਹਾਂ, ਰੱਬ ਦੀਆਂ ਗੱਲਾਂ ਸੁਣਾ ਰਹੇ, ਗੁਰੂ ਦੀ ਗੱਲ ਸੁਣਾ ਰਹੇ, ਇਸੇ ਕਰਕੇ ਅਸੀਂ ਪ੍ਰਚਾਰਕ ਨੂੰ ਮਾਇਆ ਦਿੰਦੇ ਹਾਂ। ਕਿ ਭਾਈ ਵੀਰ ਸਿੰਘ ਬੜੀ ਪਿਆਰੀ ਗੱਲ ਕਹਿੰਦੇ, ਉਹ ਕਹਿੰਦੇ ਕਿ ਤੂੰ ਕੀਰਤਨ ਸੁਣਿਆ, ਭਾਈ ਵੀਰ ਸਿੰਘ ਦੀਆਂ ਚਿੱਠੀਆਂ ਉਹਦੇ 'ਚ ਗੱਲ ਹੈਗੀ ਆ,
ਹਰਿਮੰਦਰ ਸਾਹਿਬ ਕਿਸੇ ਦੇ ਨਾਲ ਗਿਆ ਸੀ ਅਤੇ ਭਾਈ ਵੀਰ ਸਿੰਘ ਨੇ ਕੀਰਤਨੀਏ ਕਰਦੇ ਸਿੰਘ ਨੂੰ ਉਹਨਾਂ ਦਿਨਾਂ 'ਚ 5 ਦਾ ਨੋਟ ਕੱਢ ਕੇ ਦਿੱਤਾ। ਠੀਕ ਹੈ। ਅਤੇ ਦੂਜਾ ਨਾਲ ਦਾ ਸੀ, ਉਹਨੇ ਭਾਈ ਵੀਰ ਸਿੰਘ ਦੀ ਰੀਸੇ 5 ਦਿੱਤੇ। ਕਹਿੰਦੇ ਭਾਈ ਵੀਰ ਸਿੰਘ ਬਾਹਰ ਆ ਕੇ ਪੁੱਛਦੇ ਵੀ ਮੈਂ ਤਾਂ 5 ਦਾ ਦਿੱਤਾ, ਤੁਸੀਂ ਕਿਉਂ ਦਿੱਤਾ? ਕਹਿੰਦੇ ਤੁਸੀਂ ਦਿੱਤਾ, ਮੈਂ ਵੀ ਦਿੱਤਾ। ਹਾਂਜੀ, ਤੁਸੀਂ ਕਿਉਂ ਦਿੱਤਾ ਤੁਸੀਂ ਦੱਸੋ, ਮੈਨੂੰ ਵੀ ਗੱਲ ਹੋ ਜਾਏ। ਭਾਈ ਵੀਰ ਸਿੰਘ ਕਹਿੰਦੇ ਉਹਨਾਂ ਨੇ ਕੀਰਤਨ ਕੀਤਾ ਜੀ, ਗੁਰੂ ਦੀ ਗੱਲ ਕੀਤੀ, ਪ੍ਰਭੂ ਦੀ ਗੱਲ ਕੀਤੀ, ਮੈਨੂੰ ਆਨੰਦ ਆਇਆ ਅਤੇ ਮੈਂ ਉਹਨਾਂ ਦਾ ਕਰਜਾਈ ਹੋ ਗਿਆ। ਜੀ ਜੀ ਜੀ। ਅਤੇ ਇਸ ਕਰਕੇ ਮੈਂ ਕਿਹਾ ਵੀ ਮੇਰੇ ਕੋਲ ਜੋ ਕੁਛ ਹੈਗਾ ਅਤੇ ਮੈਂ ਉਹ ਕਰਜ਼ਾ ਲਾਉਣ ਦੇ ਲਈ ਕਿ ਮੈਂ ਉਹਦੇ ਮੂਹਰੇ ਭੇਟਾ ਕਰ ਦਿੱਤੀ। ਜੀ ਜੀ ਹਾਂਜੀ। ਤੁਸੀਂ ਕਰਜ਼ਾ ਮੁਕਤ ਹੋਣਾ ਹੈ, ਤੁਹਾਨੂੰ ਆਨੰਦ ਆਇਆ, ਤੁਹਾਨੂੰ ਗੁਰੂ ਦੀ ਗੱਲ ਚੰਗੀ ਲੱਗੀ, ਤੁਹਾਨੂੰ ਉਹਦੇ 'ਚ ਰੱਬ ਦੇ ਦਰਸ਼ਨ ਹੋਏ, ਤੁਹਾਨੂੰ ਪਰਮਾਤਮਾ ਦੇ ਦਰਸ਼ਨ ਹੋਏ, ਤੁਹਾਨੂੰ ਗੁਰੂ ਦੀ ਗੱਲ ਤੁਹਾਨੂੰ ਆਨੰਦ ਆਇਆ ਅਤੇ ਕੋਈ ਜ਼ਰੂਰ ਦਿਓ ਕਰਜ਼ਾ ਮੁਕਤ ਹੋਵੋ। ਜੀ ਜੀ। ਇੱਦਾਂ ਮੈਂ ਗਾਂਧੀ ਗੱਲ ਕਰਾਂ, ਆਪਾਂ ਜਦੋਂ ਟੈਲੀਵਿਜ਼ਨ 'ਤੇ ਕੋਈ ਪ੍ਰਚਾਰ ਸੁਣਦੇ, ਆਪਾਂ ਕਰਜ਼ਾ ਕੋਈ ਸਿੱਖਦੇ ਹਾਂ, ਕੋਈ ਸੁਣਦੇ ਹਾਂ, ਕੋਈ ਆਨੰਦ ਆਉਂਦਾ ਹੈ ਅਤੇ ਅਸੀਂ ਵੀ ਦੇਣਦਾਰ ਹੋ ਜਾਂਦੇ ਹਾਂ, ਕੁਛ ਇਹਦੇ ਚੱਲਦਿਆਂ ਦੇ ਵਿੱਚ ਹਿੱਸਾ ਪਾ ਦਿਆ ਕਰੀਏ ਜਿੰਨਾ ਵੀ ਹੋ ਸਕੇ। ਜੀ ਜੀ। ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰਨ ਗਈਆਂ ਸੰਗਤਾਂ ਤੇ ਗੁਰੂ ਪੁੱਤਰ ਹੈ, ਪਰਮਾਤਮਾ ਦੇ ਕੋਲੋਂ ਤਾਜ਼ੇ ਤਾਜ਼ੇ ਆਏ ਨੇ, ਰੱਬ ਦਾ ਰੂਪ ਨੇ, ਉਹ ਤਾਂ ਗੁਰੂ ਹਰਗੋਬਿੰਦ ਸਾਹਿਬ ਤਾਂ ਹੈ ਹੀ ਰੱਬ ਦਾ ਰੂਪ ਸੀ। ਨਾਮ ਹੀ ਉਹਨਾਂ ਦਾ ਹਰ ਗੋਬਿੰਦ, ਗੋਬਿੰਦ ਵੀ ਬੜਾ ਪਰਮਾਤਮਾ, ਹਰਮੈਣਾ ਵੀ ਪਰਮਾਤਮਾ ਤੇ ਸੰਗਤਾਂ ਦਰਸ਼ਨ ਕਰਦੀਆਂ ਨੇ, ਰੱਬ ਦੇ ਦਰਸ਼ਨ ਹੁੰਦੇ ਨੇ, ਸਾਡੀ ਪਿਰਤ ਹੈ ਸੱਭਿਆਚਾਰ ਦੀ ਜਿਹੜੀ ਉਹ ਮਾਇਆ ਦਿੰਦੀਆਂ ਨੇ, ਸਗਨ ਦਿੰਦੀਆਂ ਨੇ, ਮੱਥਾ ਟੇਕਦੀਆਂ ਨੇ। ਜਿਹੜੀ ਹੁਣ ਸਗਨਾਂ ਦੇ ਪੈਸੇ ਆਏ ਨੇ ਗੁਰੂ ਹਰਗੋਬਿੰਦ ਸਾਹਿਬ ਨੂੰ, ਉਹ ਤਾਂ ਗੁਰੂ ਦੀ ਭੇਟਾ ਨਹੀਂ ਨਾ ਗੀ। ਜੀ ਜੀ ਜੀ। ਜੇ ਗੁਰੂ ਨੂੰ ਮੱਥਾ ਟੇਕਿਆ ਤਾਂ ਗੁਰੂ ਘਰ ਦੀ ਭੇਟਾ ਹੋ ਗਈ। ਹਾਂਜੀ ਹਾਂਜੀ ਹਾਂਜੀ। ਪਰ ਜਿਹੜੇ ਸਗਨਾਂ ਦੀ ਮਾਇਆ ਆਈ ਤਾਂ ਗੁਰੂ ਹਰਗੋਬਿੰਦ ਸਾਹਿਬ ਦੀ ਬੱਚੇ ਦੀ ਹੋ ਗਈ। ਜੀ ਜੀ ਹਾਂਜੀ ਹਾਂਜੀ। ਸਾਡੇ ਸੱਭਿਆਚਾਰ ਮੁਤਾਬਕ ਉਹ ਤਾਂ ਪਰਿਵਾਰ ਦੀ ਹੋ ਗਈ। ਹਾਂਜੀ। ਪਰ ਗੁਰੂ ਅਰਜਨ ਦੇਵ ਜੀ ਦਾ ਤਾਂ ਸਾਰਾ ਪਰਿਵਾਰ ਹੀ, ਸਾਰੀ ਸੰਗਤ ਸੰਗਤ। ਹਾਂਜੀ। ਗੁਰੂ ਅਰਜਨ ਦੇਵ ਜੀ ਨੇ ਜਿਹੜੀ ਸਾਰੀ ਮਾਇਆ ਇਕੱਠੀ ਹੋਈ, ਮਾਇਆ ਜਾਂਦੀ ਸੀ ਮਸੰਦਾਂ ਕੋਲ, ਜਿਹੜਾ ਦੀਵਾਨ ਸੀਗਾ ਗੁਰੂ ਘਰ ਦਾ ਹੁੰਦਾ, ਸਾਰੇ ਮਾਇਆ ਦਾ ਜਿਹੜੀ ਗੁਰੂ ਸਾਹਿਬ ਨੂੰ ਭੇਟਾ ਹੁੰਦੀ ਉਹ ਹਿਸਾਬ ਰੱਖਦਾ ਹੁੰਦਾ ਸੀ। ਠੀਕ ਹੈ। ਵੀ ਇੰਨੀ ਮਾਇਆ ਇਸ ਦਿਨ ਹੋਈ, ਇੰਨੀ ਮਾਇਆ ਇਸ ਦਿਨ ਹੋਈ, ਪੜ੍ਹ ਕੇ ਸੁਣਾਉਂਦਾ ਵੀ ਹੁੰਦਾ ਸੀ ਜੋ ਗੁਰੂ ਸਾਹਿਬ ਨੂੰ ਮੱਥਾ ਟੇਕਦੇ ਲੋਕ। ਪਰ ਉਹ ਤਾਂ ਮਾਇਆ ਉਦੋਂ ਬਾਹਰ ਹੁਣ। ਹਾਂਜੀ 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 ਹਾਂਜੀ। ਪਰ ਦੀਵਾਨ ਕਹਿ ਰਿਹਾ, ਗੁਰੂ ਸਾਹਿਬ ਕਹਿ ਰਿਹਾ ਮਾਇਆ, ਤੇ ਦੀਵਾਨ ਕਹਿੰਦਾ ਨਹੀਂ ਜੀ ਇਹ ਤਾਂ ਮਾਇਆ ਜਿਹੜੀ ਪਰਿਵਾਰ ਦੀ ਆ, ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਿੱਥੇ ਦਿੱਤੀ ਗਈ ਆ, ਗੁਰੂ ਹਰਗੋਬਿੰਦ ਸਾਹਿਬ ਗੁਰਗੱਦੀ 'ਤੇ ਨਹੀਂ, ਇਹ ਪਰਿਵਾਰ ਦੀ ਮਾਇਆ, ਪਰਿਵਾਰ ਦੀ ਦੀਵਾਨ ਗੁਰੂ ਕਰਦਾ ਕਹਿ ਰਿਹਾ। ਜੀ ਜੀ। ਅਤੇ ਗੁਰੂ ਅਰਜਨ ਦੇਵ ਜੀ ਨੇ ਉਹ ਸਾਰੀ ਮਾਇਆ ਜਿਹੜੀ ਇਕੱਠੀ ਹੋਈ ਸੀ ਸੰਗਤਾਂ ਦੇ ਕੋਲੋਂ ਗੁਰੂ ਹਰਗੋਬਿੰਦ ਸਾਹਿਬ ਦੇ ਵੇਲੇ, ਗੁਰੂ ਸਾਹਿਬ ਨੇ ਉਸ ਮਾਇਆ ਦੇ ਨਾਲ ਜੀ ਇਹ ਜਿਹੜੀ ਰੇਲਾ ਪਿੰਡ ਵਾਲੀ ਧਰਤੀ ਸੀਗੀ ਬਿਆਸਾ ਕੰਢੇ ਦੇ ਉੱਤੇ, ਇਹਨੂੰ ਖਰੀਦ ਕੇ ਇਹਦਾ ਨਾਂ ਗੋਬਿੰਦਪੁਰਾ ਰੱਖ ਦਿੱਤਾ। ਠੀਕ ਹੈ। ਗੁਰੂ ਹਰਗੋਬਿੰਦ ਸਾਹਿਬ ਦੇ ਨਾਂ ਦੇ ਉੱਤੇ, ਕਿਉਂਕਿ ਉਹਨਾਂ ਦਾ ਨਾਂ ਤੇ ਗੋਬਿੰਦ ਆਉਂਦਾ ਸੀਗਾ, ਗੋਬਿੰਦਪੁਰਾ ਨਾਂ ਇਹਦਾ ਰੱਖ ਦਿੱਤਾ। ਠੀਕ ਹੈ। ਪਰ ਬਾਅਦ 'ਚ ਪ੍ਰਚਲਿਤ ਹਰਗੋਬਿੰਦ ਦੇ ਤੌਰ 'ਤੇ ਹੀ ਹੋ ਗਿਆ, ਕਿਉਂਕਿ ਉਹਨਾਂ ਦੇ ਨਾਂ 'ਤੇ ਰੱਖਿਆ ਗਿਆ ਸੀ। ਸੋ ਇਹ ਥਾਂ ਗੁਰੂ ਅਰਜਨ ਦੇਵ ਨੇ ਆਪ ਖਰੀਦੀ ਸੀ, ਉਸ ਮਾਇਆ ਨਾਲ ਖਰੀਦੀ ਸੀ ਜਿਹੜੀ ਗੁਰੂ ਹਰਗੋਬਿੰਦ ਸਾਹਿਬ ਦੇ ਬਾਲ ਰੂਪ 'ਚ ਦਰਸ਼ਨ ਕਰਨ ਲਈ ਆਈਆਂ ਸੰਗਤਾਂ ਨੇ ਭੇਟਾ ਕੀਤੀ ਸੀ। ਜੀ ਠੀਕ ਹੈ। ਤੇ ਜ਼ਮੀਨ ਖਰੀਦ ਕੇ ਸਤਿਗੁਰ ਨੇ ਛੱਡ ਦਿੱਤੀ ਕਿ ਇਸ ਜ਼ਮੀਨ ਦੇ ਉੱਤੇ ਖੇਤੀ ਹੋ ਕੇ ਜਿਹੜੀ ਸਬਜ਼ੀ ਉੱਗੇਗੀ, ਜਿਹੜੀ ਕਣਕ ਉੱਗੇਗੀ, ਜੋ ਕੁਛ ਉੱਗੇਗਾ ਗੁਰੂ ਘਰ ਵਿੱਚ ਵਰਤੀ ਗਈ। ਠੀਕ ਹੈ ਠੀਕ ਹੈ। ਔਰ ਖੇਤੀ ਪਈ ਆ, ਖੇਤ ਪੈ ਨੇ, ਖੇਤੀ ਹੁੰਦੀ ਆ, ਤੁਸੀਂ ਪੁੱਛਿਆ ਸਬੱਬ ਕਿੱਦਾਂ ਬਣਿਆ। ਹਾਂਜੀ ਹਾਂਜੀ। ਖੇਤੀ ਹੁੰਦੀ ਆ ਤੇ ਗੁਰੂ ਅਰਜਨ ਦੇਵ ਸ਼ਹੀਦ ਕਰ ਦਿੱਤੇ ਚੰਦੂ ਨੇ ਜੀ, ਸਮੇਂ ਦੇ ਬਾਦਸ਼ਾਹ ਕੋਲ ਹੁਕਮ ਲੈ ਲਿਆ। ਹਾਂਜੀ। ਪਰ ਗੁਰੂ ਅਰਜਨ ਦੇਵ ਨੂੰ ਤੁਸੀਂ ਇਹ ਚੰਦੂ ਨੇ ਦਿੱਤੇ ਜੀ, ਗੁਰੂ ਅਰਜਨ ਦੇਵ ਸ਼ਹੀਦ ਕਰ ਦਿੱਤੇ। ਗੁਰੂ ਅਰਜਨ ਦੇਵ ਜੀ ਸ਼ਹੀਦ ਹੋਏ ਤੇ ਬਾਅਦ ਵਿੱਚ ਗੁਰੂ ਹਰਗੋਬਿੰਦ ਸਾਹਿਬ ਨੂੰ ਗਵਾਲੀਅਰ ਦੇ ਕਿਲ੍ਹੇ ਅੰਦਰ ਭੇਜ ਦਿੱਤਾ ਗਿਆ ਜੀ। ਉਸ ਸਮੇਂ ਦੇ ਵਿੱਚ ਹਾਂਜੀ ਜਦੋਂ ਗੁਰੂ ਸਾਹਿਬ ਸ਼ਹੀਦ ਹੋਏ, ਸਾਰੇ ਸਿੱਖਾਂ ਦਾ ਧਿਆਨ ਉੱਧਰ ਰਿਹਾ, ਗੁਰੂ ਘਰ ਨੂੰ ਦੇ ਉੱਤੇ ਬੜੀਆਂ ਵੱਡੀਆਂ ਮੁਸੀਬਤਾਂ ਪਈਆਂ ਜਾ ਰਹੀਆਂ ਗਿਣਮਥੀ ਆਲ ਦੁਆਲੇ, ਔਰ ਗੁਰੂ ਸਾਹਿਬ ਨੂੰ ਗਵਾਲੀਅਰ ਦੀ ਜੇਲ੍ਹ ਅੰਦਰ ਭੇਜ ਦਿੱਤਾ ਗਿਆ। ਚੰਦੂ ਨੇ ਉਸ ਵੇਲੇ ਆਪਣੇ ਕੁੜਮ, ਉਹਦਾ ਨਾਂ ਇਤਿਹਾਸ ਨੇ ਕਿਹਾ ਭਗਵਾਨ ਦਾਸ ਘੇਲੜ, ਉਹਨੂੰ ਸੱਦ ਕੇ ਰਹੇਲੇ ਪਿੰਡ 'ਚ, ਆਪਣੇ ਪਿੰਡ 'ਚ ਵਸਾ ਕੇ, ਕਿ ਰਹੇਲੇ ਪਿੰਡ ਦਾ ਸੀ ਚੰਦੂ, ਉਸ ਪਿੰਡ 'ਚ ਵਸਾ ਕੇ ਇਹ ਗੋਬਿੰਦਪੁਰੇ ਵਾਲੀ, ਹਰਗੋਬਿੰਦਪੁਰੇ ਵਾਲੀ ਜਿਹੜੀ ਜ਼ਮੀਨ ਸੀ ਗੁਰੂ ਘਰ ਦੀ, ਉੱਤੇ ਕਬਜ਼ਾ ਕਰਵਾ ਦਿੱਤਾ ਉਹਦਾ। ਠੀਕ ਹੈ। ਆਪਦੇ ਲੋਕ ਗੁਰੂ ਘਰ ਦਾ ਪਟਾ ਲਿਖਿਆ, ਗੁਰੂ ਸਾਹਿਬ ਨੇ ਪਟਾ ਲਿਖਾਇਆ ਹੋਇਆ, ਪਹਿਲਾਂ ਜ਼ਮੀਨ ਮੁੱਲ ਲਈ ਹੋਈ ਆ, ਸੰਗਤਾਂ ਦੇ ਪੈਸੇ, ਸੰਗਤਾਂ ਦੇ ਪੈਸੇ ਕੀ ਆ, ਗੁਰੂ ਹਰਗੋਬਿੰਦ ਸਾਹਿਬ ਦੇ ਸੰਗਤ ਦੇ ਪੈਸੇ ਪੈਸੇ। ਹਾਂਜੀ। ਪਰ ਕਬਜ਼ਾ ਭਗਵਾਨ ਦਾਸ ਘੇਲੜ ਦਾ ਹੋ ਗਿਆ। ਠੀਕ ਹੈ। ਚੰਦੂ ਨੇ ਕਬਜ਼ਾ ਕਰਵਾਤਾ, ਇੱਕ ਸ਼ਰਾਰਤ ਕੀਤੀ। ਹਾਂਜੀ। ਗੋਬਿੰਦ, ਜਿਹੜਾ ਗੋਬਿੰਦ, ਗੋਬਿੰਦਪੁਰਾ ਜਿਹੜਾ ਸੀਗਾ, ਉਹਦਾ ਨਾਮ ਬਾਅਦ ਚ ਹਰਗੋਬਿੰਦਪੁਰਾ ਹੋਇਆ।
ਆਪਾਂ ਹਰਗੋਬਿੰਦਪੁਰੇ ਕਹਿ ਲਈਏ, ਇਹ ਜ਼ਮੀਨ ਦੇ ਉੱਤੇ ਸਾਰੀ ਜ਼ਮੀਨ ਵਾਹੀ ਵਾਲੀ ਜ਼ਮੀਨ ਦੇ ਉੱਤੇ ਚੰਦੂ ਨੇ ਆਪਣੇ ਕੁੜਮ ਦਾ ਕਬਜ਼ਾ ਕਰਾਤਾ ਭਗਵਾਨ ਦਾਸ ਘੇਰੜ ਦਾ। ਇਸ ਭਗਵਾਨ ਦਾਸ ਘੇਰੜ ਦਾ ਪੁੱਤਰ ਸੀ ਰਤਨ ਚੰਦ, ਜਿਹੜਾ ਚੰਦੂ ਦੀ ਲੜਕੀ ਨਾਲ ਵਿਆਹ ਹੋਇਆ ਸੀ। ਠੀਕ ਹੈ। ਹੁਣ ਰਤਨ ਚੰਦ ਤੇ ਭਗਵਾਨ ਦਾਸ ਜ਼ਮੀਨ ਤੇ ਆ ਕੇ ਬੈਠ ਗਏ, ਰੁਹੇਲੇ ਪਿੰਡ ਚ ਆ ਕੇ ਬੈਠ ਗਏ, ਜ਼ਮੀਨ ਤੇ ਕਬਜ਼ਾ ਕਰ ਲਿਆ, ਆਪਣੀ ਖੇਤੀ ਕਰਨੀ ਸ਼ੁਰੂ ਕਰ ਦਿੱਤੀ ਆ। ਤੇ ਗੁਰੂ ਸਾਹਿਬ ਹੁਣ ਗਵਾਲੀਅਰ ਦੀ ਜੇਲ੍ਹ 'ਚ ਵੀ ਗਏ ਆ, ਲੰਬਾ ਸਮਾਂ ਗਏ ਆ, ਫਿਰ ਬਾਅਦ 'ਚ ਅੰਮ੍ਰਿਤਸਰ 'ਤੇ ਹਮਲਾ ਹੋ ਗਿਆ ਆ। ਗੁਰੂ ਸਾਹਿਬ ਨੇ ਕੋਈ ਪਰਵਾਹ ਨਹੀਂ ਕੀਤੀ ਇਹਨਾਂ ਦੀ, ਕੋਈ ਗੱਲ ਨਹੀਂ, ਬਾਹਰੋਂ ਹਮਲਾ ਹੋ ਰਿਹਾ, ਇਹਨਾਂ ਨੂੰ ਕੋਈ ਕਬਜ਼ਾ ਕੀਤਾ ਕਰੀ ਰੱਖਣ ਕਰਦੇ, ਸਤਿਗੁਰੂ ਨੂੰ ਧਿਆਨ ਦਿੱਤਾ। ਜਦੋਂ ਅੰਮ੍ਰਿਤਸਰ ਵਾਲੀ ਜੰਗ ਲੜੀ ਗਈ ਆ, ਜੰਗ ਜਿੱਤ ਲਈ ਸਤਿਗੁਰੂ, ਸਤਿਗੁਰੂ ਨੇ ਦੇਖ ਲਿਆ ਕਿ ਹੁਣ ਸਿੱਖ ਜਿਹੜੇ ਲੜਨ ਜੋਗੇ ਹੋ ਗਏ, ਹਾਂਜੀ ਹਾਂਜੀ, ਕਿਉਂਕਿ ਭਗਵਾਨ ਦਾਸ ਘੇਰੜ ਚੰਦੂ ਦਾ ਕੁੜਮ ਸੀ, ਬਹੁਤ ਤੁਰਲੇਦਾਰ ਬੰਦਾ ਸੀ, ਚੌਧਰੀ ਸੀਗਾ, ਜਲੰਧਰ ਦੇ ਫੌਜਦਾਰ ਉਬਦੁੱਲੇ ਦੇ ਨਾਲ ਉਹਦਾ ਬੜਾ ਪਿਆਰ ਸੀਗਾ ਇਸ ਇਸ ਭਗਵਾਨ ਦਾਸ ਘੇਰੜ ਦਾ। ਸਤਿਗੁਰੂ ਨੂੰ ਪਤਾ ਜਦੋਂ ਕਬਜ਼ਾ ਲੈਣ ਜਾਣਾ ਲੜਾਈ ਹੋਣੀ ਆ, ਜ਼ਮੀਨਾਂ ਤਾਂ ਅੱਜ ਵੀ ਕਹਿੰਦੇ ਜ਼ਮੀਨਦਾਰ ਕੋਲ ਜ਼ਮੀਨ ਆ ਜਾਏ ਤੇ ਜ਼ਮੀਨ ਦੇ ਕਬਜ਼ਿਆਂ ਤੋਂ ਲੜਾਈ ਹੁੰਦੀ ਹੈ, ਲੜ ਪੈਂਦੇ ਆ, ਕਈ ਵਾਰੀ ਕੋਰਟਾਂ ਅਦਾਲਤਾਂ ਵੀ ਫੈਸਲੇ ਕਰ ਜਾਂਦੀਆਂ, ਫੇਰ ਵੀ ਜ਼ਮੀਨ ਦਾ ਕਬਜ਼ਾ ਲੜ ਕੇ ਲੈਣਾ ਪੈਂਦਾ, ਕਤਲ ਹੁੰਦੇ ਆ। ਤੇ ਸਤਿਗੁਰੂ ਨੂੰ ਪਤਾ, ਸਤਿਗੁਰੂ ਨੇ ਬਿਲਕੁਲ ਉੱਧਰ ਧਿਆਨ ਨਹੀਂ ਦਿੱਤਾ, ਜਾਣਗੇ ਜਦੋਂ ਅੰਮ੍ਰਿਤਸਰ ਦੀ ਜੰਗ ਲੜ ਲਈ ਜਿੱਤ ਲਈ, ਸਤਿਗੁਰੂ ਨੇ ਦੇਖ ਲਿਆ ਹੁਣ ਸਿੱਖ ਲੜਨ ਲਈ ਤਿਆਰ ਆ, ਲੜਨ ਲਈ ਵੀ ਤਿਆਰ ਆ, ਮਰਨ ਲਈ ਵੀ ਤਿਆਰ ਆ, ਮਰਨ ਲਈ ਵੀ ਤਿਆਰ ਆ, ਤੇ ਹੁਣ ਸਿੱਖਾਂ ਦੀ ਇੱਕ ਪਰਖ ਹੋਰ ਕਰ ਲੈਣੀ ਚਾਹੀਦੀ ਆ। ਠੀਕ ਹੈ। ਸਤਿਗੁਰੂ ਆਪ ਫਿਰ ਕਰਤਾਰਪੁਰ ਆ ਗਏ ਸੀ ਭਾਈ ਗੁਰਦਾਸ ਜੀ ਦੇ ਕਾਲ ਚਲਾਣੇ ਤੋਂ ਬਾਅਦ। ਕਰਤਾਰਪੁਰ ਤੋਂ ਉੱਠ ਕੇ ਸਤਿਗੁਰੂ ਸੈਫਲਾਬਾਦ ਵੱਲ ਦੀ ਹੁੰਦਿਆਂ, ਉਹਦੀ ਗੱਲ ਕਿਤੇ ਬਾਅਦ ਜਾ ਕੇ ਕਰਾਂਗੇ ਜ਼ਰੂਰ, ਕਾਲਾ ਸਿੰਘਾਂ ਵੱਲ ਦੀ ਹੁੰਦਿਆਂ, ਬਸਤੀ ਸ਼ੇਖ ਜਲੰਧਰ ਤੋਂ ਹੁੰਦਿਆਂ, ਜਲੰਧਰ ਦੇ ਵਿੱਚੋਂ ਦੀ ਲੰਘ ਕੇ ਇਹ ਹਰਗੋਬਿੰਦਪੁਰੇ ਪਹੁੰਚੇ ਨੇ। ਠੀਕ ਹੈ। ਗੇੜਾ ਜਿਹਾ ਕੱਢ ਕੇ ਪਹਿਲਾਂ ਕਰਤਾਰਪੁਰ ਤੋਂ ਇੱਧਰ ਨੂੰ, ਕਰਤਾਰਪੁਰ ਤੋਂ ਸਿੱਧੇ ਵੀ ਹਰਗੋਬਿੰਦਪੁਰੇ ਆਇਆ ਜਾ ਸਕਦਾ ਸੀਗਾ, ਇਹ ਕਮਾਂਡ ਤੋਂ ਜਾ ਕੇ ਸਿੱਧੇ ਆ ਸਕਦੇ ਸੀਗੇ, ਪਰ ਸਤਿਗੁਰੂ ਉੱਧਰ ਦੀ ਨਹੀਂ ਆਏ। ਸਤਿਗੁਰੂ ਸਾਰਾ ਦੁਆਬੇ ਦਾ ਗੇੜਾ ਕੱਢ ਕੇ, ਅਤੇ ਸਤਿਗੁਰੂ ਦੀ ਆਪਣੀ ਰਮਜ ਆ, ਸੈਫਲਾਬਾਦ ਵੱਲ ਨੂੰ ਗਿਆ, ਕਪੂਰਥਲੇ ਵੱਲ ਨੂੰ, ਕਪੂਰਥਲੇ ਤੋਂ ਫਿਰ ਕਾਲਾ ਸੰਘਾ ਵੱਲ ਨੂੰ ਗਿਆ, ਉੱਥੇ ਸ਼ੇਰ ਦਾ ਸ਼ਿਕਾਰ ਕੀਤਾ, ਉੱਥੇ ਗੁਰਦੁਆਰਾ ਟਾਮੀ ਸਾਹਿਬ ਹੈ, ਸੈਫਲਾਬਾਦ ਗੁਰਦੁਆਰਾ ਹੈ, ਉੱਥੋਂ ਗਾ ਬਸਤੀ ਸ਼ੇਖ ਗਿਆ, ਬਸਤੀ ਦੇ ਸ਼ੇ ਜਿਹੜਾ ਬਸਤੀ ਦਾ ਸ਼ੇਖ ਸੀ ਉਹਦੇ ਕੋਲ ਬੈਠੇ, ਉੱਥੇ ਵੀ ਗੁਰਦੁਆਰਾ ਪਾਤਸ਼ਾਹ ਛੇਵੀਂ ਅੱਜ, ਅਤੇ ਉੱਥੋਂ ਸਤਿਗੁਰੂ ਜਲੰਧਰ ਵੱਲ ਦੀ ਹੁੰਦੇ ਹੋਏ ਫਿਰ ਦਸ ਵਾਲਾ ਪੱਤਨ ਪਾਰ ਕਰਕੇ ਹਰਗੋਬਿੰਦਪੁਰੇ ਪਹੁੰਚੇ। ਹਰਗੋਬਿੰਦਪੁਰੇ ਪਹੁੰਚ ਕੇ ਸਤਿਗੁਰੂ ਦੇ ਨਾਲ ਜੁਝਾਰੂ ਸਿੰਘ ਵੀ ਨੇ, ਭਾਈ ਵਿਧੀ ਚੰਦ ਨੇ ਪੂਰੀ ਫੌਜ ਨਾਲ, ਜਿੱਦਾਂ ਹੁੰਦੀ ਸੀ ਸਤਿਗੁਰੂ ਨਾਲ ਘੋੜਸਵਾਰ ਹੁੰਦੇ ਸੀਗੇ, 2200 ਘੋੜਸਵਾਰ ਨਾਲ ਨੇ ਸਤਿਗੁਰ ਦੇ, ਅਤੇ ਸਤਿਗੁਰ ਨੇ ਜਾ ਕੇ ਭਗਵਾਨ ਦਾਸ ਘੇੜ ਨੂੰ ਉਸ ਜ਼ਮੀਨ 'ਤੇ ਬੈਠ ਕੇ ਗੋਬਿੰਦਪੁਰੇ ਫਿਰ ਭਗਵਾਨ ਦਾਸ ਘੇੜ ਨੂੰ ਸੁਨੇਹਾ ਭੇਜਿਆ ਕਿ ਭਾਈ ਸਾਡੀ ਜ਼ਮੀਨ ਹੈ, ਅਸੀਂ ਆ ਕੇ ਹੁਣ ਬੈਠ ਗਏ, ਅਤੇ ਤੈਨੂੰ ਮੂੰਹ ਨਾ ਕਰੀ। ਵਿਧੀ ਚੰਦ ਨੂੰ ਭੇਜਿਆ ਗਿਆ, ਉਹ ਜਦੋਂ ਉਹਨੂੰ ਸੁਨੇਹਾ ਪਹੁੰਚਿਆ ਆ, ਭਗਵਾਨ ਦਾਸ ਘੇੜ ਨੇ ਤੁਰਲੇਦਾਰ ਬੰਦਾ ਸੀ, ਉਹਨੇ ਬੰਦੇ ਇਕੱਠੇ ਕੀਤੇ, ਆਲੇ ਦੁਆਲੇ ਦੇ ਪਿੰਡਾਂ ਦੇ ਬੰਦੇ ਇਕੱਠੇ ਕੀਤੇ, ਕੁਛ ਉਹਦੇ ਨਾਲ ਸੀ, ਲੱਠ ਮਾਰ ਇਕੱਠੇ ਕਰਕੇ ਸੈਂਕੜੇ ਆ ਗਿਆ, ਅਤੇ ਆ ਕੇ ਬਚਨ ਪਤਾ ਕਿਹੜੇ ਬੋਲੇ, ਉਹ ਕਹਿੰਦੇ ਇੰਨਾ ਚਿਰ ਦੀ ਜ਼ਮੀਨ ਅਸੀਂ ਵਾਹੀ ਜਾਂਦੇ ਹਾਂ, ਜੇ ਉਦੋਂ ਨਹੀਂ ਛੱਡੀ ਤਾਂ ਛੱਡਣੀ, ਹੁਣ ਵੀ ਨਹੀਂ, ਹਾਂਜੀ ਹਾਂਜੀ ਹਾਂਜੀ, ਹੁਣ ਇਸ ਕਰਕੇ ਵੀ ਨਹੀਂ ਛੱਡਣੀ, ਕਿਉਂ ਤਾਂ ਤੁਹਾਨੂੰ ਜਿਹੜਾ ਤੁਹਾਡਾ ਪਿਤਾ ਨੇ, ਜਿਹੜਾ ਤੁਹਾਡੇ ਜਾਣੀ ਕਿ ਗੁਰੂ ਰਾਮਦਾਸ ਨੇ, ਦਾਦੇ ਨੇ ਜਿਹੜੀ ਥਾਂ ਖਰੀਦੀ, ਸ਼ਹਿਰ ਵਸਾਇਆ ਹੋਇਆ ਸੀ, ਤੁਹਾਨੂੰ ਤਾਂ ਉੱਥੋਂ ਵੀ ਕੁੱਟ ਕੇ ਕੱਢ ਦਿੱਤਾ ਗਿਆ, ਉੱਥੇ ਜੰਗ ਹੋਈ, ਗੁਰੂ ਸਾਹਿਬ ਜੰਗ ਤੋਂ ਬਾਅਦ ਛੱਡ ਕੇ ਆ ਗਿਆ ਸੀ, ਝਬਾਲ ਤੋਂ ਬਾਅਦ ਕਰਤਾਰਪੁਰ ਆ ਗਿਆ ਸੀ, ਤੁਹਾਨੂੰ ਤਾਂ ਹੁਣ ਉੱਥੋਂ ਵੀ ਕੱਢ ਦਿੱਤਾ ਗਿਆ, ਤੇ ਜਦ ਤੁਹਾਡੇ ਤੋਂ ਅੰਮ੍ਰਿਤਸਰ ਹੀ ਖੋਲਿਆ, ਗੁਰੂ ਰਾਮਦਾਸਪੁਰਾ ਹੀ ਖੋਲਿਆ, ਤੁਸੀਂ ਇੱਥੇ ਕਿਉਂ ਆ ਗਏ, ਇਹਦਾ ਅਸੀਂ ਪਹਿਲਾਂ ਦਾ ਕਬਜ਼ਾ ਕੀਤਾ, ਇੱਥੇ ਤੁਹਾਨੂੰ ਵੜਨ ਨਹੀਂ ਦੇਣਾ, ਤੇ ਮੈਂ ਤੁਹਾਨੂੰ ਸਵੇਰ ਤੱਕ ਦੀ ਮੁਹਲਤ ਦਿੰਦਾ, ਸਵੇਰੇ ਮੈਂ ਅੰਮ੍ਰਿਤ ਵੇਲੇ ਆਉਣਾ, ਬੰਦੇ ਇਕੱਠੇ ਕਰਕੇ ਲੈ ਕੇ ਆਉਣੇ ਆ, ਜੇ ਤਾਂ ਤੁਸੀਂ ਸਵੇਰ ਤੱਕ ਇੱਥੇ ਉੱਠ ਕੇ ਚਲੇ ਗਏ, ਸ਼ਾਮ ਦੇ ਵੇਲੇ ਪਹੁੰਚਿਆ ਤੇ ਠੀਕ ਹੈ, ਤੇ ਫਿਰ ਠੀਕ, ਨਹੀਂ ਤਾਂ ਸਵੇਰੇ ਮੈਂ ਆਉਣਾ ਤੇ ਫਿਰ ਲੱਠਾਂ ਮਾਰ ਮਾਰ ਕੇ ਭਜਾਵਾਂਗੇ। ਠੀਕ ਹੈ। ਜਿੱਦਾਂ ਤੁਹਾਨੂੰ ਤੁਹਾਡੇ ਸ਼ਹਿਰ ਚੋਂ ਕੱਢਿਆ ਨਾ, ਪਿਤਾ ਪੁਰਖੀ ਸ਼ਹਿਰ ਚੋਂ, ਉਦਾਂ ਇੱਥੋਂ ਵੀ ਕੱਢ ਦਿੱਤਾ ਜੂਗਾ, ਜ਼ਮੀਨ ਸਾਡੀ ਆ, ਸਾਡਾ ਕਬਜ਼ਾ ਇੱਥੇ। ਗੁਰੂ ਸਾਹਿਬ ਨੇ ਬੜੀ ਸ਼ਾਂਤੀ ਨਾਲ ਉਹਦੀ ਗੱਲ ਸੁਣੀ, ਉਹਨੂੰ ਜਾਣ ਦਿੱਤਾ। ਵਿਧੀ ਚੰਦ ਨੂੰ ਗੁੱਸਾ ਜਿਹੜਾ, ਸਤਿਗੁਰ ਨੇ ਕਿਹਾ ਨਹੀਂ, ਇਹਨੂੰ ਸਵੇਰੇ ਆਉਣ ਠਹਿਰੋ, ਸਬਰ ਰੱਖੋ, ਇਹ ਨਾ ਕਹੇ ਕਿ ਗੁਰੂ ਘਰ ਮੈਂ ਗਿਆ ਸੀ ਤੇ ਮੈਂ ਥੋੜੇ ਬੰਦਿਆਂ ਨਾਲ ਗਿਆ ਸੀ ਤੇ ਮੈਨੂੰ ਉੱਥੇ ਜਾ ਕੇ ਫੜ ਲਿਆ, ਏਦਾਂ ਨਹੀਂ, ਇਹਨੂੰ ਜਾਣ ਦਿਓ, ਜਿੱਦਾਂ ਨੇ ਜ਼ਬਾਨੀ ਗੱਲ ਕੀਤੀ ਹੈ, ਤੇ ਪਰ ਇਹਨੂੰ ਕਹਿਤਾ ਕਿ ਇਹ ਜ਼ਮੀਨ ਸੰਗਤਾਂ ਦੇ ਪੈਸੇ ਨਾਲ ਖਰੀਦੀ ਗਈ ਹੈ, ਔਰ ਸੰਗਤਾਂ ਦਾ ਪੈਸਾ ਜਿਹੜਾ ਹੈ, ਸੰਗਤਾਂ ਦੀ ਥਾਂ ਦੇ ਉੱਤੇ ਕਿਸੇ ਦੀ, ਗੁਰੂ ਘਰ ਲਈ ਇੱਥੇ ਲੰਗਰ ਦੀ ਫਸਲਾਂ ਤਿਆਰ ਹੁੰਦੀਆਂ ਸੀਗੀਆਂ, ਸਬਜ਼ੀਆਂ ਇੱਥੇ ਤਿਆਰ ਹੁੰਦੀਆਂ, ਅੰਨ ਤਿਆਰ ਹੁੰਦਾ ਸੀ, ਇਹ ਗੁਰੂ ਘਰ ਲਈ ਰਹਿਣਾ ਆ, ਇੱਥੇ ਅਸੀਂ ਨਗਰ ਵੀ ਵਸਾਉਣਾ, ਹੁਣ ਇੱਥੇ ਬੈਠਾਂਗੇ ਵੀ ਸਦਾ ਲਈ, ਨਗਰ ਵੀ ਵਸਾਵਾਂਗੇ, ਇੱਥੇ ਇੱਥੇ ਸਿੱਖ ਬੈਠਣਗੇ ਵੀ, ਹੁਣ ਇੱਥੇ ਨਗਰ ਵਸਣਾ ਆ, ਇਸ ਕਰਕੇ ਤੂੰ ਸਵੇਰੇ ਆਉਣ ਦੀ ਕੋਸ਼ਿਸ਼ ਨਾ ਕਰੀ, ਪਰ ਜੇ ਆਇਆ ਤਾਂ ਫਿਰ ਗੁਰੂ ਕੇ ਸਿੱਖ ਤੈਨੂੰ ਉੱਦਾਂ ਹੀ ਹੱਥ ਦਿਖਾਉਣਗੇ ਜਿੱਦਾਂ ਮੁਖਲਸ ਖਾਨ ਨੂੰ ਦਿਖਾਇਆ ਗਿਆ।
ਉਦਾਂ ਹੀ ਦਿਖਾਉਣਗੇ ਜਿੱਦਾਂ ਮੂਰਤੀ ਜੀ ਸਾਨੂੰ ਦਿਖਾਇਆ ਗਿਆ। ਸੋ ਇਸ ਕਰਕੇ ਉਹਨੂੰ ਵਾਰਨਿੰਗ, ਜਿੱਦਾਂ ਉਹਨੇ ਵਾਰਨਿੰਗ ਦਿੱਤੀ ਸੀ ਉਦਾਂ ਦੀ ਵਾਰਨਿੰਗ ਦੇ ਕੇ ਉਹਨੂੰ ਬਾਬਾ ਬਿਧੀ ਚੰਦ ਨੇ ਤੋੜ ਦਿੱਤਾ ਵੀ ਗੁਰੂ ਦਾ ਹੁਕਮ ਹੈ, ਤੈਨੂੰ ਕੁਛ ਨੀ ਕਹਿਣਾ, ਤਾਂ ਤੈਨੂੰ ਅਸੀਂ ਜਾਣ ਦਿੱਤਾ ਆ, ਨਹੀਂ ਤਾਂ ਤੈਨੂੰ ਅੱਜ ਹੀ ਤਮਾਸ਼ਾ ਦਿਖਾ ਦੇਣਾ ਸੀ। ਉਹ ਮਾੜੀ ਕਿਸਮਤ ਉਹਦੀ, ਉਹ ਦੂਜੇ ਦਿਨ ਉਹਨੇ ਬੰਦੇ ਹੋਰ ਜੋੜੇ, ਹਥਿਆਰਬੰਦ ਹੋ ਕੇ ਆ ਗਿਆ। ਹਥਿਆਰਬੰਦ ਹੋ ਕੇ ਹੋ ਗਿਆ ਤੇ ਇਤਿਹਾਸ ਲਿਖਿਆ ਕਿ 27 ਸਤੰਬਰ ਦਾ ਹੋਰ ਸਮਾਂ ਸੀਗਾ ਉਹ ਹਥਿਆਰਬੰਦ ਹੋ ਕੇ ਆਇਆ ਔਰ ਆ ਕੇ ਹੀ ਜਿਹੜੇ ਗੁਰੂ ਘਰ ਦੇ ਤੰਬੂ ਲਾਏ ਸੀ, ਹਾਲੇ ਕਿ ਨਗਰ ਤਾਂ ਵਸਿਆ ਨਹੀਂ ਸੀਗਾ, ਉਹ ਤੰਬੂ ਪੱਟਣੇ ਸ਼ੁਰੂ ਕਰ ਦਿੱਤੇ। ਬਾਬਾ ਬਿਧੀ ਚੰਦ ਨੂੰ ਸਤਿਗੁਰ ਨੇ, ਬਾਬਾ ਬਿਧੀ ਨੇ, ਸਤਿਗੁਰ ਜੀ ਹੁਣ ਕੀ ਹੁਕਮ ਹੈ, ਹੁਣ ਤਾਂ ਆ ਗਿਆ, ਹੱਥੋਂ ਪਾਈ ਤੇ ਆ ਗਿਆ, ਤਿਆਰ ਹੋ ਗਿਆ, ਹਥਿਆਰਬੰਦ ਹੋ ਗਿਆ। ਤੇ ਸਤਿਗੁਰ ਕਹਿੰਦੇ ਹੁਣ ਜਿਹੜਾ ਹਥਿਆਰਬੰਦ ਹੋ ਗਿਆ ਉਹਨੂੰ ਕਰਾਰੇ ਹੱਥ ਦਿਖਾਓ। ਬਾਬਾ ਬਿਧੀ ਚੰਦ ਆਪਣੇ ਨਾਲ 100 ਕੁ ਸਿੱਖ ਲੈ ਕੇ ਗਿਆ, ਉਹ ਜਾ ਕੇ ਉਹਨਾਂ ਦੇ ਹੁਣ ਹਥਿਆਰਬੰਦ, ਐਡੀ ਵੱਡੀ ਜੰਗ ਜਿੱਤੀ ਹੋਈ ਆ, ਬਾਬਾ ਬਿਧੀ ਚੰਦ ਦਾ ਹੁਣ ਨਾਂ ਬਣ ਚੁੱਕਾ ਹੋਇਆ, ਭਾਈ ਬਾਬਾ ਬਿਧੀ ਚੰਦ ਤੇ ਭਾਈ ਜੇਠਾ ਸਿਧਵਾ ਦੇ ਨਾਂ ਦੀਆਂ ਤੁਮਾਂ ਪੂਰੇ ਮਾਝੇ 'ਚ ਪੈ ਗਈਆਂ ਸੀ ਇਸ ਜੰਗ ਤੋਂ, ਪਹਿਲੀ ਜੰਗ ਤੋਂ ਬਾਅਦ 'ਚ। ਹੁਣ ਭਾਈ ਜੇਠਾ ਜੀ ਸਿੱਧੂ ਜੀ, ਭਾਈ ਜੇਠਾ ਸਿੱਧੂ ਜੀ, ਬਾਬਾ ਬਿਧੀ ਚੰਦ ਸ਼ੀਨਾ ਜੀ, ਇਹ ਗਏ 100 ਕੁ ਸਿੱਖ ਇਹਨਾਂ ਦੇ ਨਾਲ ਸਿਰਫ ਹਥਿਆਰਬੰਦ, ਇਹਨਾਂ ਨੇ ਜਾ ਕੇ ਉਹਨਾਂ ਦੇ ਲਫੇੜੇ ਮਾਰੇ। ਉਹ ਜਿਹੜੇ ਨਾਲ ਦੇ ਸੀ ਜਦੋਂ ਦੇਖਿਆ ਮੂਹਰੇ ਸਿੱਖ ਆ ਗਿਆ ਹਥਿਆਰਬੰਦ, ਭੱਜਣ ਲੱਗ ਪਿਆ ਕਿ ਉਹ ਬਾਹਰ ਇਕੱਠੀ ਕਰਕੇ ਲਿਆਉਂਦੀ ਸੀ। ਭਗਵਾਨ ਦਾਸ ਘੇਰਾ ਜਿਹੜਾ ਸੀਗਾ ਉਹਨੂੰ ਫੜ ਲਿਆ, ਉਹਨੂੰ ਕਿਹਾ ਵੀ ਭਾਈ ਭਗਵਾਨ ਦਾਸ ਸਮਝਾਇਆ ਤੈਨੂੰ, ਰਾਤੀ ਵੀ ਸਮਝਾਇਆ ਸੀ, ਤੈਨੂੰ ਹੁਣ ਵੀ ਸਮਝਾਉਣੀ ਕਰਦੇ ਆ ਕਿ ਤੂੰ ਬਾਜ ਆ, ਇਹ ਗੁਰੂ ਘਰ ਦੇ ਤੰਬੂ ਪੱਟਣ ਲੱਗਾ, ਗੁਰੂ ਘਰ ਦੇ ਘੋੜਿਆਂ 'ਤੇ ਵਾਰ ਕਰਨ ਲੱਗਾ ਹੈ, ਇਹ ਪੁੱਠਾ ਪੈਣਾ। ਠੀਕ ਹੈ। ਉਹਨੇ ਗੁਰੂ ਨਾਨਕ ਦੀ ਸ਼ਾਨ ਦੇ ਖਿਲਾਫ ਸ਼ਬਦ ਬੋਲ ਦਿੱਤੇ ਭਗਵਾਨ ਦਾਸ ਘੇਰੇ ਨੇ ਕਿ ਅੱਗੇ ਤਾਂ ਮੇਰੇ ਕੁੜਮ ਚੰਦੂ ਨੇ ਤੁਹਾਡੇ ਗੁਰੂ ਨੂੰ 33 ਤਵੀ 'ਤੇ ਬਿਠਾਇਆ ਸੀ, ਦੇਗ 'ਚ ਬਾਲਿਆ ਸੀ, ਸਿਰ 'ਚ 33 ਦੇ ਤਪਾਈ ਸੀ, ਉਹੋ ਹੀ ਹੁਣ ਮੈਂ ਤੁਹਾਡੇ ਇਸ ਗੁਰੂ ਨਾਲ ਕਰਨਾ। ਠੀਕ ਹੈ। ਜੋ ਮੇਰੇ ਕੁੜਮ ਨੇ ਅੱਗੇ ਕੀਤਾ ਚੰਦੂ ਨੇ, ਹੁਣ ਮੈਂ ਤੁਹਾਡੇ ਗੁਰੂ, ਹੁਣ ਉਹੋ ਕੁਛ ਹੀ ਮੈਂ ਤੁਹਾਡੇ ਨਾਲ ਕਰਨਾ, ਫੌਜ ਲਿਆ ਕੇ ਤੁਸੀਂ ਛੱਡ ਕੇ ਹਾਲੇ ਵੀ ਚੱਲ ਜਾਓ। ਗੁਰੂ ਨਾਨਕ ਸਾਹਿਬ ਦੀ ਸ਼ਾਨ ਦੇ ਖਿਲਾਫ਼ ਬੋਲਤਾ, ਗੁਰੂ ਅਰਜਨ ਦੇਵ ਜੀ ਸ਼ਾਨ ਦੇ ਖਿਲਾਫ਼ ਬੋਲ ਦਿੱਤਾ ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਖਿਲਾਫ਼ ਬੋਲਿਆ। ਭਾਈ ਬਿਧੀ ਚੰਦ ਨੂੰ ਗੁੱਸਾ ਆਇਆ, ਭਾਈ ਬਿਧੀ ਚੰਦ ਨੇ ਕਿਹਾ ਵੀ ਇਹਨੂੰ ਫੜੋ, ਇਹਦੇ ਛਿੱਤਰ 'ਚ ਮਾਰੋ ਸਿਰ 'ਚ, ਨਾਲ ਦੇ ਭੱਜੇ ਜਾ ਰਹੇ ਤੇ ਇਹਨੂੰ ਫੜ ਕੇ ਇਹਦੇ ਸਿਰ 'ਚ ਛਿੱਤਰ ਮਾਰੇ। ਪਰ ਭਗਵਾਨ ਦਾਸ ਘੇਰੜ ਤੁਰਲੇਦਾਰ ਸੀ ਬੰਦਾ, ਪਰ ਜੰਗ ਨਹੀਂ ਸੀ ਕਦੇ ਲੜੀ, ਲੋਕਾਂ 'ਤੇ ਰੋਹਬ ਪਾਇਆ ਹੋਇਆ ਸੀਗਾ, ਰੋਹਬ ਸਿਆਹ ਕਦੀ ਨਹੀਂ ਸੀ, ਲੜਨਾ ਬੜਾ ਔਖਾ। ਜਦੋਂ ਸਿਰ 'ਚ ਜੁੱਤੀਆਂ ਪਈਆਂ ਤੇ ਜਾਣ ਇਹਦੀ ਉੱਪਰ ਉੱਪਰ ਕਦੇ ਅੜੀ ਹੋਈ ਸੀਗੀ, ਸਿਰ 'ਚ ਮਾਰੀਆਂ ਜੁੱਤੀਆਂ ਤੇ ਹਾਲੇ 5-7 ਜੁੱਤੀਆਂ ਪਈਆਂ, ਇਹਦੇ ਰੋਲਾ ਪਾਉਣਾ ਸ਼ੁਰੂ ਕਰਤਾ। ਠੀਕ ਹੈ। ਗਾਲਾਂ ਕੱਢਣੀ ਸ਼ੁਰੂ ਕਰਦੇ ਗੁਰੂ ਘਰ ਨੂੰ, ਜਦੋਂ ਗਾਲਾਂ ਕੱਢੀਆਂ ਸਿੰਘਾਂ ਨੇ ਹੋਰ ਜੁੱਤੀ ਵਾਈ, ਜਦੋਂ ਹੋਰ ਜੁੱਤੀ ਵਾਈ ਤੇ ਇਹ ਵਿਚਾਰਾ ਮਰ ਗਿਆ ਉੱਥੇ, ਇਹਦਾ ਦਮ ਨਿਕਲ ਗਿਆ। ਜੁੱਤੀ ਦੀ ਮਾਰ ਨਹੀਂ ਖਾਧੀ ਜੁੱਤੀਆਂ ਦੇ ਨਾਲ, ਤੇ ਇਹਨੂੰ ਬਾਬਾ ਬਿਧੀ ਚੰਦ ਨੇ ਚੱਕ ਕੇ ਬਿਆਸ 'ਚ ਮਾਰਿਆ ਤੇ ਜਦੋਂ ਸਤਿਗੁਰੂ ਕੋਲ ਖਬਰ ਲੈ ਕੇ ਗਿਆ, ਸਤਿਗੁਰੂ ਨੇ ਕਿਹਾ ਚਲੋ ਮੈਖਾਸੁਰ ਦੈਂਤ ਦੀ ਬਲੀ ਦਿੱਤੀ ਸੀ ਕਦੀ ਨਗਰ ਵਸਾਉਣ ਦੇ ਲਈ ਦੇਵੀ ਨੇ, ਆਹ ਵੀ ਬਲੀ ਹੋ ਗਈ ਭਗਵਾਨ ਦਾਸ ਘੇਰਣ ਦੀ ਬਲੀ, ਹੁਣ ਨਗਰ ਵਸਾਇਆ ਜਾਏਗਾ। ਸੋ ਨਗਰ ਵਸਾਉਣ ਦੀ ਗੱਲ ਸਤਿਗੁਰੂ ਨੇ ਕਿਹਾ ਮੋੜੀ ਕਰ ਦਿਓ, ਇਹਨੂੰ ਭਗਵਾਨ ਦਾਸ ਘੇਰਣ ਦੀ ਲਾਸ਼ ਨੂੰ ਚੱਕ ਕੇ ਸਿਰ ਦਿੱਤਾ ਗਿਆ ਬਿਆਸ ਦੇ ਵਿੱਚ, ਇਹਦੇ ਨਾਲ ਦੇ ਬੰਦੇ ਭੱਜ ਗਏ ਤੇ ਇਹ ਸਤਿਗੁਰੂ ਨੇ ਉੱਥੇ ਮੋੜੀ ਕਰ ਦਿੱਤੀ। ਸੋ ਭਗਵਾਨ ਦਾਸ ਘੇਰਣ ਦੀ ਜਦੋਂ ਖਬਰ ਉਹਦੇ ਪੁੱਤਰ ਕੋਲ ਪਹੁੰਚੀ, ਉਹ ਵੀ ਫੌਜਾਂ ਲੈ ਕੇ ਆਉਂਦਾ, ਸਮਾਂ ਹੋ ਗਿਆ, ਉਹ ਗੱਲ ਜਿਹੜੀ ਜੰਗ ਦੀ ਗੱਲ ਵੱਡੀ ਗੱਲ, ਇਹ ਸਵਾਭ ਇਹ ਬਣ ਗਿਆ। ਭਗਵਾਨ ਦਾਸ ਘੇਰੜ ਦੀ ਮੌਤ, ਗੋਬਿੰਦਪੁਰੇ ਦੀ ਜ਼ਮੀਨ ਉੱਤੇ ਉਹਨਾਂ ਦਾ ਕਬਜ਼ਾ, ਇਹ ਸਵਾਭ ਲੜਾਈ ਦਾ ਬਣਿਆ। ਕਿਹੜੀ ਗੱਲ ਤੋਂ ਕਿਹੜੀ ਗੱਲੋਂ ਜਿਹੜੀ ਸੀ ਜੰਗ ਦਾ ਸਬੱਬ ਬਣਿਆ, ਬੜੇ ਤਰੀਕੇ ਨਾਲ ਦੱਸਿਆ ਵੀਰ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ, ਕਿਉਂਕਿ ਸਮਾਂ ਜ਼ਿਆਦਾ ਨਹੀਂ ਦੇ ਰਿਹਾ। ਜੰਗ ਦੇ ਨਤੀਜੇ ਕੀ ਆਏ ਤੇ ਕਿੰਨਾ ਕੁ ਚਿਰੇ ਜੰਗ ਚੱਲੀ, ਇਹ ਅਗਲੇ ਐਪੀਸੋਡ ਵਿੱਚ ਇਸੇ ਵਿਚਾਰ ਨੂੰ ਲੈ ਕੇ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹੋਵਾਂਗੇ। ਫਿਰ ਮੈਂ ਹੱਥ ਜੋੜ ਕੇ ਬੇਨਤੀ ਕਰਦੀ ਹਾਂ, ਪ੍ਰੋਗਰਾਮ ਸੰਗਤ ਟੈਲੀਵਿਜ਼ਨ ਦੇ ਜ਼ਰੀਏ ਤੁਸੀਂ ਵੇਖ ਰਹੇ ਹੋ, ਇਹਨਾਂ ਨੂੰ ਆਨੰਦ ਮਾਣ ਰਹੇ ਹੋ ਤੇ ਇਹਨਾਂ ਪ੍ਰੋਗਰਾਮਾਂ ਨੂੰ ਸਪੋਂਸਰ ਵੀ ਜ਼ਰੂਰ ਕਰਿਆ ਕਰਿਓ ਕਿਉਂਕਿ ਇਹ ਜਿਹੜੀ ਸੇਵਾ ਵੀਰ ਜੀ ਬਹੁਤ ਮਿਹਨਤ ਕਰਕੇ ਪ੍ਰੋਗਰਾਮ ਤਿਆਰ ਕਰਕੇ ਲਿਆਉਂਦੇ ਨੇ, ਇਹਨਾਂ ਦੀ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਜੋ ਵੀ ਅਸੀਂ ਤੁਹਾਡੇ ਸਾਹਮਣੇ ਪੇਸ਼ ਕਰੀਏ, ਕੋਸ਼ਿਸ਼ ਹੁੰਦੀ ਕਿ ਸੱਚ ਜਿਹੜਾ ਹੈ ਉਹ ਤੁਹਾਡੇ ਸਾਹਮਣੇ ਲੈ ਕੇ ਆਈਏ। ਪ੍ਰੋਗਰਾਮ ਕਰਦੇ ਹਾਂ, ਹੋਈਆਂ ਗਲਤੀਆਂ ਤੋਂ ਮਾਫ਼ੀ ਮੰਗਦੇ ਹਾਂ, ਫਤਿਹ ਬੁਲਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਸਿਵਾ ਪਰ ਮੋਹੇ ਹੈ, ਸ਼ੁਭ ਕਰਮਨ ਤੇ ਕਭੋ ਨਾ ਡਰੂੰ, ਨਾ ਡਰੂੰ ਔਰ ਸੋਚ ਅਬ ਚਾਹੇ ਲੜੂੰ, ਨਿਸ਼ਚੇ ਕਰ ਆਪਣੀ ਜੀਤ ਕਰੂੰ।